ਪੰਜਾਬ ਦਾ ਮੁੱਖ ਮੰਤਰੀ ਨਹੀਂ ਚਾਹੁੰਦਾ ਕਿ ਪੰਜਾਬ ਦੇ ਹਾਲਾਤ ਖਰਾਬ ਉਹਨਾਂ ਨੇ ਟਵੀਟ ਵੀ ਕੀਤਾ ਹੈ ਕਿ ਸ਼ਾਂਤੀ ਰੱਖੋ ਸ਼ਾਂਤੀ ਬਣਾਈ ਰੱਖੋ ਸ਼ਾਂਤੀ ਰੱਖੋ ਅਤੇ ਸ਼ਾਂਤੀ ਨੂੰ ਬਣਾਈ ਰੱਖੋ ਸੋ ਜੋ ਹੋਣਾ ਸੀ ਉਹ ਹੋ ਚੁੱਕਾ ਹੈ ਉਸ ਨੂੰ ਅਸੀਂ ਹੁਣ ਤਬਦੀਲ ਨਹੀਂ ਕਰ ਸਕਦੇ ਉਹ ਵਿੱਚ ਕੋਈ ਵੀ ਚੀਜ਼ ਨੂੰ ਅਮੈਂਡਮੈਂਟ ਨਹੀਂ ਕੀਤਾ ਜਾ ਸਕਦਾ ਜਦੋਂ ਇੱਕ ਮੌਤ ਦਾ ਸੰਦੇਸ਼ ਜਾਂ ਮੌਤ ਦੇ ਸੰਬੰਧ ਵਿੱਚ ਅਸੀਂ ਖਬਰ ਨੂੰ ਪੇਸ਼ ਕਰਦੇ ਹਾਂ ਤੁਸੀਂ ਮੌਤ ਦੀ ਗੱਲ ਕਰਦੇ ਬਹੁਤ ਘੱਟ ਝੂਠੀ ਹੁੰਦੀ ਹੈ ਨਹੀਂ ਤਾਂ 90.999% ਮੌਤ ਦੀ ਖਬਰ ਜਿਹੜੀ ਹੈ ਉਹ ਸੱਚੀ ਨਿਕਲਦੀ ਕੁਦਰਤੀ ਗੱਲ ਹੈ ਆਮ ਤੌਰ 'ਤੇ ਖਬਰਾਂ ਝੂਠੀਆਂ ਹੋ ਜਾਂਦੀਆਂ ਔਰ ਮੌਤ ਦੀ ਖਬਰ ਬਹੁਤ ਘੱਟ ਝੂਠੀ ਹੁੰਦੀ ਜਦੋਂ ਪਤਾ ਲੱਗਾ ਕਿ ਸ਼ੂਟਿੰਗ ਹੋਈ ਆ ਕੋਈ 25-30 ਕੋਈ 20 ਗੋਲੀਆਂ ਕੋਈ 24 ਕਹਿੰਦਾ ਸੀ ਕੋਈ 30 ਕਹਿੰਦਾ ਸੀ ਲੱਗੀਆਂ ਤਾਂ ਚਲੋ ਕਿ ਬੰਦੇ ਜਾਨ ਬਚ ਜਾਂਦੀ ਆ ਬਟ ਜਾਨ ਨਹੀਂ ਬਚੀ ਇਹ ਸੋਚਿਆ ਸੀਗਾ ਕਿ ਚਲੋ ਸੱਟ ਪੇਟ ਲੱਗ ਗਈ ਆ ਠੀਕ ਹੋ ਜਾਊਗਾ ਪਰ ਇਹ ਨਹੀਂ ਸੀ ਪਤਾ ਕਿ ਔਨ ਦੀ ਸਪੋਟ ਹੀ ਡੈਡ ਹੋ ਚੁੱਕਾ ਸਪਨੋ ਦੇ ਵਿੱਚ ਅਸੀਂ ਥੋੜ੍ਹੀ ਸੀ ਵਿੱਚ ਇੱਕ ਮੈਂ ਛੋਟਾ ਜਿਹਾ ਸੰਦੇਸ਼ ਪੇਸ਼ ਕਰ ਰਿਹਾ ਹਾਈ 50 ਅਤੇ ਬੋਲਟਨ ਦੇ ਕੋਲ ਮੱਲੀ ਫਾਰਮ ਵਾਲਿਆਂ ਨੇ 25% ਡਿਸਕਾਊਂਟ 'ਤੇ ਸਬਜ਼ੀਆਂ ਦੇ ਪੌਦੇ ਲਾਏ ਹੋਏ ਨੇ ਅਤੇ ਫਲਾਵਰਾਂ ਦੇ ਬੂਟੇ ਨੇ ਕਿ ਬਹੁਤ ਹੀ ਸ਼ਾਨਦਾਰ ਤੁਸੀਂ ਅੱਜ ਸਬਜ਼ੀਆਂ ਦੇ ਬੂਟੇ ਲਗਾਓ ਅਤੇ ਕੱਲ੍ਹ ਨੂੰ ਸਬਜ਼ੀ ਤੋੜ ਸਕਦੇ ਹੋ ਔਰ ਨਾਲ ਛੋੜ ਦੇ ਰਹੇ ਨੇ ਉਹ ਹਰ ਕਿਸਮ ਦੀ ਸਬਜ਼ੀ ਹੈ ਔਰ ਬੋਲਟਨ ਮੇਫੀਲਡ ਅਤੇ 50 ਦੇ ਕੋਲ ਮੱਲੀ ਫਾਰਮ ਬਹੁਤ ਵੱਡੀ ਜੀ ਹਾਂ ਨਰਸਰੀ ਹੈ ਜਿੱਥੇ ਕਿ ਆ ਖੁਦ ਪਲਾਂਟ ਤਿਆਰ ਕਰਦਾ ਹੈ ਹਰ ਕਿਸਮ ਸਬਜ਼ੀਆਂ ਦੇ ਹਾਂਜੀ ਸਰ ਪਾਸ ਨੰਬਰ ਸਭ ਕਾਲ ਨੇ ਨੰਬਰ 4 ਕਾਲ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਦੁੱਖ ਦੇ ਵਿੱਚ ਠੀਕ ਹੋ ਬਸੀ ਸਾਹਿਬ ਕੀ ਕਹੀਏ ਹੁਣ ਲਾਈਕ ਇਹਨੋ ਜੋ ਤੁਸੀਂ ਕਹਿ ਰਹੇ ਹੋ ਜੋ ਹੋ ਗਿਆ ਲੇਕਿਨ ਆਪਾਂ ਬਹੁਤ ਲੂਜ਼ਲੀ ਇਹ ਕਹਿ ਲੈਂਦੇ ਕੋਈ ਵੀ ਪੂਰਾ ਇੱਦਾਂ ਦਾ ਸਟਾਰ ਹੁੰਦਾ ਕਿ ਰਹਿੰਦੀ ਦੁਨੀਆ ਤੱਕ ਨਾਮ ਰਹੇਗਾ ਰਹਿੰਦੀ ਦੁਨੀਆ ਤੱਕ ਚਲੋ ਕੋਈ ਵੀ ਨਹੀਂ ਰਿਹਾ ਲੇਕਿਨ ਮੈਂ ਇੰਨਾ ਕਹਿ ਸਕਦਾ ਹੈਗਾ ਕਿ ਸਿੱਧੂ ਬਾਈ ਜੀ ਦਾ 10-20-40-50 ਸਾਲ ਤੱਕ ਮਤਲਬ ਜਦ ਤੱਕ ਆਪਾਂ ਹੈਗੇ ਹਾਂ ਜਿਸ ਨੈਕਸਟ ਜਨਰੇਸ਼ਨ ਹੈਗੀ ਆ ਤਦ ਤੱਕ ਇਹਨਾਂ ਦੇ ਗਾਣੇ ਸਾਡੀ ਗੱਡੀਆਂ ਵਿੱਚ ਵੱਜੂਗੇ ਠੀਕ ਹੈ ਇੰਨਾ ਤਾਂ ਅਸੀਂ ਰੱਖਾਂਗੇ ਜਦ ਤੱਕ ਅਸੀਂ ਹੈਗੇ ਹਾਂ ਜਦ ਤੱਕ ਮੈਂ ਜਿੰਦਾ ਹੈਗਾ ਆ ਜਾਂ ਆਪਾਂ ਆਈ ਜਨਰੇਸ਼ਨ ਜਿੰਦੀ ਹੈਗੀ ਆ ਸਾਡੀ ਗੱਡੀਆਂ ਵਿੱਚ ਤਾਂ ਇਹਨਾਂ ਦੇ ਗਾਣੇ ਵੱਜਦੇ ਰਹੂਗੇ ਗੂੰਜਦੇ ਰਹੂਗੇ ਠੀਕ ਹੈ ਦੂਜੀ ਗੱਲ ਬਸੀ ਸਾਹਿਬ ਜਿਹੜੀ ਇੰਪੋਰਟੈਂਟ ਗੱਲ ਹੈਗੀ ਆ ਜੋ ਹੋ ਕੇ ਹੁਣ ਆਪਾਂ ਸੋਚੀਏ ਇਹ ਪਹਿਲੀ ਗੱਲ ਜਦ ਇਹ ਜਦ ਨਿਊਜ਼ ਆਈ ਇਹ ਮੈਨੂੰ ਪਹਿਲਾਂ ਦਿਮਾਗ 'ਚ ਇਹੀ ਆਇਆ ਵੀ ਇੱਕ ਭਾਵੇਂ ਕੁਛ ਵੀ ਹੋ ਜਾਏ ਨਾ ਪੰਜਾਬ ਵਿੱਚ ਇੱਕ ਨਾਮ ਤਾਂ ਬਾਰ ਬਾਰ ਆ ਜਾਂਦਾ ਲਾਰੈਂਸ ਬਿਸ਼ਨੋਈ ਦਾ ਹਾਲਾ ਇਹਨੂੰ ਪਹਿਲਾਂ ਤਾਂ ਜੇਲ੍ਹ 'ਚ ਇਹਦਾ ਇਨਕਾਊਂਟਰ ਹੋਵੇ ਕਿਸੇ ਤਰ੍ਹਾਂ ਜੇ ਇਹ ਯੂਪੀ ਵਗੈਰਾ 'ਚ ਹੁੰਦਾ ਤਾਂ ਯੋਗੀ ਆਦਿੱਤਿਆ ਨਾਥ ਨੇ ਇਹਨੂੰ ਚੁਕਵਾ ਦੇਣਾ ਸੀਗਾ ਇਹ 10-12 ਸਾਲ ਦਾ ਤਾਂ ਮੈਨੂੰ ਹੋ ਗਿਆ ਸੁਣਦੇ ਹੋਏ ਇਹ ਉੱਥੋਂ ਹੀ ਚਲਾਈ ਜਾਂਦਾ ਸਾਰਾ ਪੰਜਾਬ ਹਰਿਆਣਾ ਗੁਰਗਾਓਂ ਦਾ ਸਾਰਾ ਇਹਨੇ ਮਾਫੀਆ ਕੰਟਰੋਲ ਕੀਤਾ ਹੋਇਆ ਹੈਗਾ ਆ ਸਾਰਾ ਉਹ ਉੱਥੇ ਦੀ ਲਿਕਰ ਮਾਫੀਆ ਇਹ ਕੰਟਰੋਲ ਕਰਕੇ ਇਹ 30-35-32 ਸਾਲ ਦਾ ਚਲਾਈ ਜਾਂਦਾ ਆ ਇਹਦੀ ਗੱਡੀ ਪਲਟਵਾਓ ਕਿਸ ਤਰ੍ਹਾਂ ਪਹਿਲਾਂ ਤਾਂ ਲਾਰੈਂਸ ਬਿਸ਼ਨੋਈ ਦੀ ਕਿਸੇ ਕੁਛ ਵੀ ਹੋ ਜੇ ਕੋਈ 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 ਵਾਰਦਾਤ ਹੋ ਜੇ ਲਾਰੈਂਸ ਬਿਸ਼ਨੋਈ ਦਾ ਨਾਮ ਪਹਿਲਾਂ ਆ ਜਾਂਦਾ ਮੈਂ ਤਾਂ ਪਹਿਲੇ ਦਿਮਾਗ 'ਚ ਠਣਕਿਆ ਸੀਗਾ ਇਹ ਬਸੀ ਸਾਹਿਬ ਪਲੀਜ਼ ਇਹਦਾ ਇੱਕ ਤਾਂ ਆਹ ਗੱਲ ਕਰੋ ਜ਼ਰੂਰ ਇਹਦੀ ਲਾਰੈਂਸ ਬਿਸ਼ਨੋਈ ਅਤੇ ਇਹਦੀ ਗੈਂਗ ਦੀ ਦੂਜੀ ਚੀਜ਼ ਇਹ ਆ ਵੀ ਇਹ ਜਿਹੜਾ ਹਲੇ ਇੱਥੇ ਪੰਜਾਬ 'ਚ ਹੈਗਾ ਦੇਖੋ ਕੋਈ ਸਟਾਰ ਨਹੀਂ ਬੋਲ ਰਿਹਾ ਆਈ ਕੈਨ ਅੰਡਰਸਟੈਂਡ ਦੈਟ ਕਿ ਲਾਈਕ ਇਹਨੂੰ ਸਟਾਰ ਨੂੰ ਆਪਣਾ ਵੀ ਡਰ ਹੈਗਾ ਆ ਸਿਰਫ ਇੱਕ ਦਿਲ ਦਾ ਹਾਰਟ ਪਾ ਕੇ ਇਮੋਜੀ ਪਾ ਕੇ ਕਿਸੇ ਨੇ ਕੁਛ ਹੋਰ ਲਿਖਿਆ ਨਹੀਂ ਹੈਗਾ ਬਟ ਆਈ ਕੈਨ ਅੰਡਰਸਟੈਂਡ ਇਹ ਬਿਲਕੁਲ ਜਿੱਦਾਂ ਬੰਬੇ ਵਿੱਚ ਹੁੰਦਾ ਸੀ ਮੈਂ ਬੰਬੇ ਵਿੱਚ ਰਿਹਾ ਹੋਇਆ 5 ਸਾਲ ਤੇ ਉਹ ਜਦ 90s 'ਚ ਇੱਦਾਂ ਦਾ ਹੀ ਹੁੰਦਾ ਸੀ ਉੱਥੇ ਕੋਈ ਬੋਲਦਾ ਨਹੀਂ ਹੁੰਦਾ ਸੀ ਗੁਲਸ਼ਨ ਕੁਮਾਰ ਵਗੈਰਾ ਨੂੰ ਮਾਰਿਆ ਤਾਂ ਆਈ ਕੈਨ ਅੰਡਰਸਟੈਂਡ ਕੋਈ ਅੱਜ ਕੱਲ੍ਹ ਕੋਈ ਗੁਰਦਾਸ ਮਾਨ ਨੇ ਨਹੀਂ ਕੁਛ ਕਿਹਾ ਕਿਸੇ ਨੇ ਨਹੀਂ ਕੁਛ ਕਿਹਾ ਕੋਈ ਅੱਗੇ ਨਹੀਂ ਆ ਰਿਹਾ ਵਿਚ ਇਜ਼ ਫਾਈਨ ਠੀਕ ਆ ਲੇਕਿਨ ਇਹਨਾਂ ਨੂੰ ਸੋਚਣਾ ਚਾਹੀਦਾ ਗੁਰਦਾਸ ਮਾਨ ਜੀ ਤਾਂ ਪਰਿਵਾਰ ਦੇ ਖੁਦ ਜਾ ਕੇ ਆਏ ਨੇ ਚਲੋ ਠੀਕ ਆ ਮੇਰੇ ਤੋਂ ਗਲਤੀ ਹੋ ਗਈ ਫਿਰ ਮੈਂ ਮਿਸ ਕੀਤਾ ਹੋਊਗਾ ਲੇਕਿਨ ਬਾਕੀ ਹੋਰ ਸਟਾਰਸ ਕਾਫੀ ਬਹੁਤ ਪਿੱਛੇ ਰਹੇ ਨੇ ਜਿਨ੍ਹਾਂ ਨੇ ਇਹਨਾਂ ਕੰਮ ਕੀਤਾ ਉਸ ਵੇਲੇ ਬਹੁਤ ਪਿੱਛੇ ਰਹੇ ਨੇ ਹੁਣ ਬਹੁਤ ਅੱਗੇ ਆਉਣਾ ਚਾਹੀਦਾ ਕਿਉਂਕਿ ਅੱਜ ਤੁਹਾਡੀ ਵਾਰੀ ਹੈਗੀ ਤਾਂ ਕੱਲ੍ਹ ਫਿਰ ਸਾਡੀ ਵੀ ਵਾਰੀ ਹੋਏਗੀ ਰਾਈਟ ਤੇ ਦੂਜੀ ਚੀਜ਼ ਇਹ ਆ ਕਿ ਆਹ ਜਿਹੜੇ ਇਹਦੇ ਗੁਰਗੇ ਨੇ ਲਾਰੈਂਸ ਬਿਸ਼ਨੋਈ ਦੇ ਜਾਂ ਈਵਨ ਦੂਜੇ ਗੈਂਗਸ ਦੇ ਉਹ ਹੁਣ ਆਸਟ੍ਰੇਲੀਆ ਕੈਨੇਡਾ ਦਾ ਬਹੁਤ ਨਾਮ ਆ ਰਿਹਾ ਹੈਗਾ ਆ ਰਾਈਟ ਇਹ 'ਚ ਵੀ ਦੇਖਣਾ 2-3 ਸਾਲਾਂ 'ਚ ਇਹ ਵੀ ਗੱਲ ਕਰੋ ਵੀ ਇਹ ਅਗਲੇ 1-2 ਸਾਲਾਂ ਵਿੱਚ ਇੱਥੇ ਵੀ ਆਹ ਖਾੜੂ ਪੰਨਾ ਜਾਂ ਸ਼ੁਰੂ ਇਹਨਾਂ ਨੇ ਕਰ ਦੇਣਾ ਹੈਗਾ ਆ ਤੇ ਕੈਨੇਡੀਅਨ ਸਰਕਾਰ ਨੂੰ ਇਸ ਵੇਲੇ ਵੀ ਆਉਣਾ ਚਾਹੀਦਾ ਕਿ ਆਹ ਜਿਹੜੇ ਸਟੂਡੈਂਟਸ ਆਏ ਹੈਗੇ ਆ 90% ਅੱਛੇ ਹੈਗੇ ਆ ਲੇਕਿਨ ਆ 5% ਜਿਹੜੇ ਹੈਗੇ ਆ ਡਰੱਗ ਮਾਫੀਆ ਵਾਲੇ ਵੀ ਬੰਦੇ ਇੱਥੇ ਆ ਗਏ ਹੈਗੇ ਆ ਤੇ ਇਹਨਾਂ ਨੇ ਇੱਥੇ ਆ ਕੇ ਵੀ ਆਹੀ ਚੀਜ਼ਾਂ ਸ਼ੁਰੂ ਕਰਨੀਆਂ ਆ ਇਹ ਬਸ ਕੰਮ ਸ਼ੁਰੂ ਹੋਣ ਲੱਗਾ ਤੁਸੀਂ 1-2 ਸਾਲ ਦੀ ਵੇਟ ਕਰੋ ਉਰੇ ਰਾਈਟ ਪਹਿਲਾਂ ਤਾਂ ਬਸ ਸਿਰਫ ਇਹੀ ਕਹਿਣਾ ਜਿਹੜੇ ਸਟੂਡੈਂਟ ਆਏ ਨੇ ਉਹਨਾਂ ਨੇ ਡਰੱਗ ਦਾ ਕੰਮ ਸ਼ੁਰੂ ਕਰਨਾ ਨਹੀਂ 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 ਭਾਜੀ ਬਿਲਕੁਲ ਨਹੀਂ ਮੈਂ ਕਹਿ ਰਿਹਾ ਨੋ ਭਾਜੀ ਤੁਸੀਂ ਸਟੂਡੈਂਟਸ ਆ ਉਹ ਗੱਲ ਕਹਿ ਰਹੇ ਹੋ ਮੈਂ ਨਹੀਂ ਕਹਿ ਰਿਹਾ ਬਿਲਕੁਲ ਨਹੀਂ ਕਹਿ ਰਿਹਾ ਭਾਜੀ ਮੈਂ ਇਹ ਕਹਿ ਰਿਹਾ ਹੈਗਾ ਕਿ ਉਹਨਾਂ ਗੱਲ ਕੀਤੀ ਸੀ ਕਿਉਂਕਿ ਅਗਲੀ ਕਾਲ ਸਾਨੂੰ ਕੋਈ ਇਦਾਂ ਦੀ ਆ ਸਕਦੀ ਕਿ ਪਿਛਲੇ ਕਾਲਰ ਕਹਿ ਗਏ ਮੈਂ ਕਿਹਾ ਮੈਨੂੰ ਗਲਤ ਤਾਂ ਨਹੀਂ ਸੁਣ ਗਿਆ ਤੁਸੀਂ ਕਹਿ ਰਹੇ ਹੋ ਕਿ 5% ਜਿਹੜੇ ਨੇ ਉਹਨਾਂ ਨੇ ਡਰੱਗ ਦਾ ਸ਼ੁਰੂ ਕਰਨਾ ਨਹੀਂ 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 ਮੈਂ ਕਹਿ ਰਿਹਾ ਹੈਗਾ ਆ ਕਿ ਉਹਨਾਂ ਨਾਲ ਵਿੱਚ ਥੋੜੇ ਜਿਹੇ ਮਤਲਬ ਇਹ ਬੰਦੇ ਜਿਹੜੇ ਹੈਗੇ ਆ ਜੋ ਸਟੂਡੈਂਟ ਨਹੀਂ ਹੈਗੇ ਆ ਇਹ ਸਿਰਫ ਸਟੂਡੈਂਟ ਵੀਜ਼ਾ ਲੈ ਕੇ ਉਰੋਂ ਆ ਡਰੱਗ ਮਾਫੀਆ ਜਿਹੜੇ ਆਪਣੇ ਉੱਥੇ ਡਰੱਗੀ ਸੀਗੇ ਉੱਥੇ ਪੰਜਾਬ ਵਿੱਚ ਉਹ ਆ ਗਏ ਹੈਗੇ ਆ ਉਰੇ
राइट, ते उन्हां नूं हुण ओह डर नहीं हैगा। ये लॉरेंस बिश्नोई दे या दूजे गैंग दे इत्थे बंदे ऑस्ट्रेलिया भी गए हुए ने, कैनेडा भी आए ने, अर्मेनिया भी गए ने, मतलब ये अलग अलग जगह फैल गए ने। मैं ये कह रहा कि साडा इत्थे इदां दा काम ना हो जाए कि जिहड़े अच्छे स्टूडेंट सारे मोस्टली अच्छे ही ने भाजी, सारे आपां स्टूडेंट आए, तुसीं स्टूडेंट आए, मैं भी स्टूडेंट ही आएगा, आपां सारे अच्छे है, लेकिन इत्थे कुछ बंदे इन्हां ने इन्ने रिलैक्स रूल्स कर दिते ने कि इन्हां दे नाल नाल इत्थे आ लोग भी आ गए ने, इत्थे ना आ घल्लूकार आया हा स्टार्ट हो जाए। क्वालिटी हाँ जी बासी साहब, एक तो सब तो बड़ी गलती तो गवर्नमेंट पंजाब की है। देखो जी उन्हें जी सिक्योरिटी वापस ली आ लैके बहुत बड़ी इन्हों की गलती आ। फिर इन्हें देख लो भी अपने उन्हें अपने न्यूज ते कहता, दूसरी गल ये आई जी सिक्योरिटी वापस ले ली वो कि उन्हों की जॉब खत्म कर दी आ, भी जहां पंजाब नूं कोई भला हो जाना वो ना वो जाके पुलिस लाइन के बैठे आ और अपन तनखाह लैन डे आ। तो दूजा हैगा जी गैंगस्टर का जिदा पिछले भाजी कह गए ये चाहिए जी इन्हों एनकाउंटर कर इन्हों वाके की करना, सारे यही तो नुकसान कर डे इना ज्यादा। असी हिंसा या फिर असी वायलेंस या फिर असी फिजिकली तौर पर जो सा स्टेशन है या माई सैल्फ मेरी कंपनी है और असी ब्रॉडकास्टिंग बेचे हाँ, असी ये बिल्कुल भी एग्री नहीं करते और डिस्कलेमर भी असी एक क्लेम भी करते हैं और हमेशा ही असी फिजिकली गल्लां दे विच इनवॉल्वमेंट नहीं साडी हुंदी ना ही चाहुंदे आ इंसिस्ट करदे किसी नूं कि सरकार की करना, अस चाहुंदे कि इहदा हल जिहड़ा आ ज्यादा नहीं ना इहदा हल लब्भे सकदा। देखो फिर दी गां नुकसान इही चली जांदा ना जिहड़े अंदर ही बैठे माफिया चलाई जांदे आ। जी पर असी चाहुंदे कि इहदा हल जिहड़ा लब्भे जावे, इह जिहड़ा जो भी हैगे जिहड़े वायलेंस करन वाले लोग आ इह पुलिस इह ਹੁਣ ਚਲੋ ਆਪਾਂ ਬਾਕੀ ਸਾਹਿਬ ਮਾੜਾ ਕਹਿ ਦਿੰਦੇ ਹਾਂ ਵੀ ਠੀਕ ਆ, ਉਦੋਂ ਅੱਤਵਾਦ ਕੀਤਾ ਖਤਮ ਬੇਅੰਤ ਸਿੰਘ ਨੇ ਜਾਂ ਕੇਪੀਐਸ ਗਿੱਲ ਨੇ, ਉਹਨਾਂ ਨੂੰ ਇੱਕ ਸਟੈਪ ਚੱਕਣਾ ਪੈਂਦਾ ਇੱਦਾਂ ਦਾ, ਜੋ ਮਰਜ਼ੀ ਚਾਹੇ ਉਹਨੂੰ ਆਪਾਂ ਕਹੀਏ ਵੀ ਗਲਤ ਕੀਤਾ ਜਾਂ ਸਹੀ ਕੀਤਾ ਨਾ। ਦੇਖੋ ਇੱਦਾਂ ਹੀ ਗਾਂ ਦੀ ਗਾਂ ਗਾਂ ਦੀ ਗਾਂ ਫਿਰ ਗਲਤ ਚੱਲੀ ਜਾਂਦਾ। ਥੈਂਕ ਯੂ ਸੋ ਮਚ ਫਾਰ ਕਾਲਿੰਗ ਸਰ। ਅਗਲੀ ਕਾਲ ਪਲੀਜ਼, ਨੰਬਰ 2 ਗੱਲ ਲਾਈਨ ਤੇ ਹੋ ਤੁਸੀਂ। ਬਾਕੀ ਸਾਹਿਬ ਬਹੁਤ ਹੀ ਜ਼ਿਆਦਾ ਮਾੜੀ ਘਟਨਾ ਵਾਪਰੀ ਆ, ਬਟ ਸਰ ਦੇਖਦੇ ਉਹਦੀ ਸਿਕਿਉਰਿਟੀ ਨਾਲ ਹੁੰਦੀ ਆਪਾਂ ਸੋਚ ਸਕਦੇ ਕਿ ਸ਼ਾਇਦ ਉਹ ਬਚ ਜਾਂਦਾ ਬਾਈ, ਹੈ ਨਾ। ਵਿਚਾਰੇ ਨੇ ਕਿੰਨੀ ਸਟਰਗਲ ਕੀਤੀ ਸਰ, ਇੱਥੇ ਆ ਗਏ ਹੈ ਨਾ, ਬੰਦਾ ਬੋਟਮ ਤੋਂ ਨਹੀਂ ਜਾਣਦਾ ਵੀ ਜਾਂ ਕਿੰਨੀ ਸਟਰਗਲ ਕੀਤੀ ਫਿਰ ਉਹ ਵੈਲ ਗਰੋ ਹੋਇਆ ਨਾ। ਬਟ ਸਰ ਜਿਹੜੇ ਆ ਜੇਲ੍ਹਾਂ 'ਚ ਬੈਠੇ ਨੇ ਜੋ ਇਹਨਾਂ ਰੱਖੇ ਨੇ ਆਪਦੇ ਸਰਕਾਰ ਨੇ, ਉਹਨਾਂ ਦਾ ਐਨਕਾਊਂਟਰ ਕਰਨ ਸਰ ਉਹ ਜਦੋਂ ਵੀ ਕੋਈ ਵੱਡੀ ਵਾਰਦਾਤ ਹੁੰਦੀ ਆ ਉਹਦੇ ਵਿੱਚ ਹੈ ਨਾ, ਹਮੇਸ਼ਾ ਉਹਨਾਂ ਦਾ ਰੋਲ ਹੁੰਦਾ ਵਾ, ਅਗਲਿਆਂ ਕੋਲ ਸਾਰਾ ਕੁਝ ਆ, ਅੰਦਰ ਅੰਦਰੋਂ ਸਾਰਾ ਸਿਸਟਮ ਚੱਲਦਾ, ਤੇ ਉਹਨਾਂ ਨੂੰ ਸਾਰੇ ਠੋਕਣੇ, ਉਹਨਾਂ ਨੂੰ ਅੰਦਰ ਕਾਹਤੋਂ ਰੱਖੇ ਆ ਸਾਰੇ ਬੰਦ ਕਰਕੇ। ਇਹ ਗੱਲ ਨੂੰ ਸਰ ਹੋਰ ਵਧੀਆ ਬੰਦੇ ਆ ਨਾ, ਇੱਦਾਂ ਜੇ ਇੱਦਾਂ ਜਾਈ ਜਾਣਗੇ ਤੇ ਫਿਰ ਤਾਂ ਬਹੁਤ ਮਾੜੀ ਕੰਡੀਸ਼ਨ ਹੋ ਜਾਊਗੀ। ਬਾਕੀ ਰਹੀ ਗੱਲ ਭਗਵੰਤ ਮਾਨ ਦੀ ਭੈਣ ਨੂੰ, ਉਹਨੂੰ ਕਹਿੰਦੇ ਕਿ 20-25 ਬੰਦੇ ਦਿੱਤੇ ਸਿਕਿਉਰਿਟੀ ਦੇ ਸਰ, ਤੇ ਉਹ ਤੇ ਸਰ ਉਹਨੂੰ ਤੇ ਕੋਈ ਜਾਣਦਾ ਵੀ ਨਹੀਂ ਗਾ ਕੌਣ ਨਹੀਂ ਕੌਣ ਆ ਨਾ, ਤੇ ਉਹਨੂੰ ਫਿਰ 20-25 ਬੰਦੇ ਦਿੱਤੇ ਆ, ਤੇ ਇਹ ਤੇ ਬੰਦਾ ਵੈਲ ਨਾਲ ਮਤਲਬ ਇੰਨੀ ਵੱਡੀ ਸ਼ਖਸੀਅਤ ਸੀ ਜਿਹਨੇ ਜਿਹੜੀ ਸਿਕਿਉਰਿਟੀ ਖੋਲੀ ਸਰ ਹੈ ਨਾ, ਤੇ ਇਹਦਾ ਦੇ ਕਾਰਨ ਸਰ ਮੁੱਖ ਕਾਰਨ ਇਹੋ ਹੀ ਆ ਜੀ ਸਿਕਿਉਰਿਟੀ ਹੁੰਦੀ ਸ਼ਾਇਦ ਇਹ ਬਚ ਜਾਂਦਾ ਭਾਈ। ਬਸ ਬਚ ਜਾਂਦਾ ਤੇ ਇੱਕ ਗੱਲ ਦੇਖ ਲਓ ਬੜੀ ਗੱਲ ਹੈ ਕਿ ਸਿੱਧੂ ਮੂਸੇਵਾਲੇ ਦੇ ਨਾਮ ਦੇ ਨਾਲ ਨਾਲ ਕਰਨ ਔਜਲੇ ਦਾ ਨਾਮ ਬੜਾ ਜੁੜਦਾ ਸੀ ਕਿ ਐਂ ਵੀ ਕਿਹਾ ਜਾਂਦਾ ਸੀ ਕਿ ਇਹਨਾਂ ਦੀ ਟਸਲ ਹੈ ਜਾਂ ਐਂ ਜੋ ਹੈ ਨਾ, ਪਰ ਵੇਖੋ ਕੁਦਰਤ ਦਾ ਭਾਣਾ ਕੀ ਖੇਡ ਵਰਤ ਗਈ, ਇੱਕ ਸਟਾਰ ਕੋਲ ਮਾਪੇ ਹੈ ਨਹੀਂ ਅਤੇ ਇੱਕ ਮਾਪਿਆਂ ਕੋਲ ਸਟਾਰ ਨਹੀਂ ਰਿਹਾ, ਬਹੁਤ ਮਾੜੀ ਗੱਲ ਹੈ। ਅਤੇ ਬਾਕੀ ਕਲਾ ਹੋਣੀ ਕਿਸੇ ਕੋਲ ਅਤੇ ਉਹ ਕਲਾ ਦੇ ਨਾਂ 'ਤੇ ਆਪਦਾ ਨਾਂ ਬਣਾ ਲੈਣਾ ਅਤੇ ਉਹਨੂੰ ਮੇਨਟੇਨ ਵੀ ਕਰਨਾ ਅਤੇ ਉਹਨੂੰ ਜਾਣ ਵੇਲੇ ਤੱਕ ਪੀਕ 'ਤੇ ਰੱਖਣਾ ਬਹੁਤ ਵੱਡੀ ਗੱਲ ਸੀ, ਕੋਈ ਧੋਖਾ ਧੜੀ ਨਹੀਂ ਸੀ ਉਹਦੇ ਵਿੱਚ, ਕਿਸੇ ਦਾ ਹੱਕ ਨਹੀਂ ਖੋਇਆ ਸੀ, ਪਰ ਪਤਾ ਨਹੀਂ ਜੋ ਵੀ ਹੋਇਆ ਇਹ ਬਹੁਤ ਮਾੜਾ ਹੋਇਆ। ਨੰਬਰ 1 ਬਸ ਲੌਂਗ ਡਿਸਟੈਂਸ ਕਾਲ ਹੈ ਜੀ। ਜੀ ਨੰਬਰ 1 ਕਾਲਰ ਹੈਲੋ ਜੀ ਬੋਲੋ ਬਸ ਸਾਹਿਬ ਜੀ ਭੇਜੇ ਹਾਂਜੀ पर हल किया जाए किसी चीज का, जे खेत चो वाड़ पट देने आप हल कर पशु जा छड़ के आने बन दे कुछ भी करते हैं, सिक्योरिटी वापस ले हल किया, सारे गुंडे घूमी जाते अपने इंडिया तीन चार कांड हो गए पहला भी, यह
ਹੁਣ ਵੀ ਆਪਾਂ ਤਾਂ ਇਹੀ ਰਿਕੁਐਸਟ ਕਰਦੇ ਹਾਂ ਸਰਕਾਰ ਨੂੰ ਜਾਂ ਅਰਦਾਸ ਕਰਦੇ ਹਾਂ ਪੰਜਾਬ 'ਚ ਕੋਈ ਵੀ ਹੁਣ ਨਿੱਕੀ ਨਾ ਹੋਈ ਤੋਂ ਬਾਅਦ ਜਾਂ ਭਗਵੰਤ ਮਾਨ ਜ਼ਿੰਮੇਵਾਰੀ ਲਵੇ ਆਪ, ਸਾਰਾ ਕਰਤਾ ਤਾਂ ਭਗਵੰਤ ਮਾਨ ਦੇ ਕੰਮ ਆ ਸਾਰੇ ਇਹ, ਹੋਰ ਕਿਸੇ ਦਾ ਕੁਛ ਨੀ ਗਾ। ਹੁਣ ਹਲੇ ਵੀ ਕੁਛ ਨੀ ਕਿਹਾ, ਕੋਈ ਕੀਤੀ ਕਾਰਵਾਈ, ਕੋਈ ਬੰਦੇ ਫੜੇ, ਕੁਛ ਨੀ ਕੀਤਾ। ਪਿੱਛੇ ਜੇ ਪੁਲਿਸ ਵਾਲਾ ਮਾਰੇ ਸੀ ਇੱਕ ਜਪਾਲ ਭੁੱਲਰ ਨੇ, ਉਹਨੂੰ ਕਲਕੱਤੇ ਜਾ ਕੇ ਐਨਕਾਊਂਟਰ ਕੀਤਾ ਸੀ ਉਹ ਬੰਦੇ ਦਾ, ਨਾਲੇ ਫੜਿਆ ਜਾਂਦਾ ਸੀ ਉਹ, ਅਰੈਸਟ ਹੋਣ ਨੂੰ ਤਿਆਰ ਸੀਗਾ, ਫਿਰ ਵੀ ਐਨਕਾਊਂਟਰ ਕੀਤਾ ਉਹਦਾ। ਥੈਂਕ ਯੂ ਸਰ। ਇਹਦੇ ਬਾਰੇ ਕਿਉਂ ਨੀ, ਇੱਕ ਆਮ ਬੰਦਾ ਸੀ ਬਸ, ਇਹ ਜਦ ਕੋਈ ਕਰਨ ਵੀ ਫੇਰ ਹੀ ਆ ਬਾਈ, ਕੁਛ ਨੀ ਹਜੇ ਕੀਤਾ ਉਹ, ਬਸ ਕੇਜਰੀਵਾਲ ਦੇ ਉਹ ਗੱਲ ਸਾਰੀ ਮੰਨਦਾ ਉਹ। ਥੈਂਕ ਯੂ ਸੋ ਮਚ। ਆਓ ਦੱਸਦੀ ਤੁਹਾਨੂੰ ਤੁਹਾਡੇ ਸਿਰ ਤੇ ਕਰਜ਼ਾ ਮਾਫ਼ ਕਰਨਾ ਚਾਹੁੰਦੇ ਉਡਾ ਡੈਪ ਸੋਲੂਸ਼ਨ, ਸੋਨੀ ਸ਼ਾਪਿੰਗ ਵਾਲੀ ਮਹਿੰਦਰਾ ਜੀ, ਖਾਣਾ ਖਾਣ ਲਈ ਸਵੀਟ ਮੇਲ ਅਤੇ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਹਾਲ ਬੁੱਕ ਕਰਨ ਲਈ, ਫਰਨੀਚਰ ਖਰੀਦਣ ਲਈ ਫਰੈਂਡਸ ਫਰਨੀਚਰ ਅਤੇ ਮਹਿੰਦਰਾ ਜੀ ਦਾ ਨਾਮ ਯਾਦ ਰੱਖੋ ਤੇ ਰਿਸ਼ਤਾ ਡੀਪੂ ਤੁਹਾਡੇ ਸੇਵ ਵਿੱਚ ਹਾਜ਼ਰ ਹੈ। ਹਾਂਜੀ, ਰਿਸ਼ਤੇ ਕਰਾਉਂਦੇ ਨੇ 9548811168। ਨੰਬਰ 4 ਕਾਲਰ ਪਲੀਜ਼, ਨੰਬਰ 4 ਕਾਲਰ। ਹੈਲੋ ਜੀ, ਬੋਲੋ ਜੀ। ਹਾਂਜੀ ਵਾਸੀ ਸਾਹਿਬ ਜੀ, ਬੜੀ ਮਾੜੀ ਖਬਰ ਆਈ ਆ ਕੱਲ, ਆਪਣੇ ਸਿੱਧੂ ਮੂਸੇਵਾਲਾ ਜਿਹੜਾ ਇਹਨਾਂ ਨੇ ਕਤਲ ਕਰ ਦਿੱਤਾ ਆ ਜੀ। ਔਰ ਇਹ ਦੇਖੋ ਦੋ ਗੱਲਾਂ ਜੁੜਦੀਆਂ ਨੇ, ਇੱਕ ਤਾਂ ਹੁੰਦੀ ਆ ਗੱਲ ਕਿ ਗੌਰਮੈਂਟ ਨੂੰ ਕਾਮਯਾਬ ਨਾ ਹੋਣ ਦੇਣਾ, ਦੂਸਰੀ ਹੁੰਦੀ ਆ ਕਿ ਜਿਹੜੇ ਇਹ ਕਲਾਕਾਰ ਆ ਇਹ ਰੱਬ ਦੇ ਦਰਸਾਏ ਹੁੰਦੇ ਨੇ, ਇਹ ਦੁਨੀਆਂ ਦੇ ਵਿੱਚ ਆਪਣਾ ਸੰਗੀਤ ਵਰਤਾਉਂਦੇ ਆ ਤੇ ਜਿੱਦਾਂ ਲੰਗਰ ਵਰਤਾਇਆ ਜਾਂਦਾ, ਪਰ ਇਹ ਮਾਰ ਦੇਣ ਨਾਲ ਕੋਈ ਹੱਲ ਨਹੀਂ ਹੁੰਦਾ ਹੈਗਾ, ਬੈਠ ਕੇ ਗੱਲ ਕਰ ਲੈਣੀ ਚਾਹੀਦੀ ਜੇ ਕੋਈ ਦੁੱਖ ਹੈਗਾ ਆ। ਤੇ ਬਾਕੀ ਜੇ ਸਿਕਿਉਰਿਟੀ ਇਹਨਾਂ ਦੀ ਆਪਣੀ ਵੀ ਹੁੰਦੀ ਆ, ਆਪਣੇ ਮੁਲਕਾਂ 'ਚ ਵੀ ਇੱਧਰ ਮੈਂ ਦੇਖਿਆ ਕਿ ਸਿਕਿਉਰਿਟੀ ਇਹਨਾਂ ਦੀ ਆਪਣੀ ਪਰਸਨਲ ਹੁੰਦੀ ਆ, ਜਿਹੜੇ ਬੰਦੇ ਪੈਸੇ ਕਮਾਉਂਦੇ ਆ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਹੁੰਦਾ ਆ, ਤੇ ਗੌਰਮੈਂਟ ਨਹੀਂ ਪ੍ਰੋਵਾਈਡ ਕਰ ਸਕਦੀ, ਆਪਣੀ ਸਿਕਿਉਰਿਟੀ ਰੱਖਣੀ ਚਾਹੀਦੀ ਆ ਥੋੜ੍ਹੀ ਜਿਹੀ ਇਹਨਾਂ ਨੂੰ ਅਗਾਉਣ ਵਾਲਿਆਂ ਨੂੰ, ਔਰ ਸਹੀ ਤਰੀਕੇ ਦੇ ਨਾਲ ਇਹਨਾਂ ਨੂੰ ਆਪਣਾ ਜੀਵਨ ਜਿਹੜਾ ਆ ਉਹ ਬਿਤਾ ਰਿਹਾ ਸੀਗਾ ਮੁੰਡਾ। ਹੁਣ ਜਿਹੜਾ ਮਾਰਿਆ ਗਿਆ ਉਹ ਇਸ ਕਰਕੇ ਮਰ ਗਿਆ ਕਿ ਉਹ ਵਿਚਾਰਾ ਕਿਤੇ ਗਿਆ ਹੋਊਗਾ, ਉਹਨੇ ਅਣਜਾਣ ਦੇ ਵਿੱਚ ਚੁੱਪ ਕਰਕੇ ਆ ਗਿਆ, ਉਹਨੂੰ ਇੰਨਾ ਨਹੀਂ ਸੀਗਾ ਕਿ ਮੈਨੂੰ ਮਾਰ ਹੀ ਦੇਣਗੇ, ਹੈ ਨਾ, ਮਾੜੀ ਮੋਟੀ ਲੜਾਈ ਕਈ ਵਾਰੀ ਹੁੰਦੀ ਆ, ਪਰ ਉਹ ਜਿਹੜਾ ਉੱਥੇ ਗੋਲੀਆਂ ਮਾਰੀਆਂ ਬੜੇ ਕਿਰਤ ਘਣ ਹੋ ਕੇ ਉਹਨਾਂ ਨੇ ਗੋਲੀਆਂ ਮਾਰੀਆਂ, ਬੁਲਟ 'ਤੇ ਚੜ੍ਹ ਕੇ ਗੋਲੀਆਂ ਮਾਰੀਆਂ, ਬੰਦੇ ਨੂੰ ਮਾਰਤਾ, ਇਹ ਤਾਂ ਕੋਈ ਤਰੀਕਾ ਨਹੀਂ ਹੈਗਾ, 27 ਸਾਲ ਦਾ ਮੁੰਡਾ ਆ। ਥੈਂਕ ਯੂ ਸੋ ਮਚ। ਤੁਸੀਂ ਇਸ ਸ਼ੋਅ ਵਿੱਚ ਗੌਰਮੈਂਟ ਦੀ ਗੱਲ ਇਹ ਹੁੰਦੀ ਆ ਕਈ ਵਾਰੀ ਜਿਹੜਾ ਲੋਕਾਂ ਦਾ ਪੈਸਾ ਆ ਉਹ ਨਹੀਂ ਇਹਨੇ ਸਿਕਿਉਰਿਟੀ ਤੇ ਲਾ ਸਕਦੇ, ਚਲੋ ਅਸੀਂ ਆਪਣੀ ਪ੍ਰੋਵਾਈਡ ਕਰ ਸਕਦੇ ਹਾਂ ਨਾ। ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਬੱਚਾ ਜਿਹੜਾ ਮਰ ਗਿਆ 27 ਸਾਲ ਦਾ ਮੁੰਡਾ, ਉਹਦੀ ਮਾਂ ਤੇ ਉਹਦਾ ਪਿਓ, ਉਹਨਾਂ ਨੂੰ ਵੀ ਯਾਰ ਦੇਖਣਾ ਚਾਹੀਦਾ ਸੀ ਨਾ ਇਹਨਾਂ ਨੂੰ ਮਾਰਨ ਵਾਲਿਆਂ ਨੂੰ ਵੀ ਅਸੀਂ ਕੀ ਕਰਨ ਲੱਗੇ ਹਾਂ, ਕਰਨਗੇ ਵਿਚਾਰੇ ਜਿਹਨਾਂ ਨੇ ਨਜ਼ਰ ਵੱਡਾ ਕੀਤਾ। ਇੱਕ ਸੀਸੀਟੀਵੀ ਫੁਟੇਜ ਜਿਹੜੀ ਪਹਿਲਾਂ ਆਈ ਸੀ ਜਿਹਦੇ ਵਿੱਚ ਪਤਾ ਲੱਗਦਾ ਕਿ ਕਿਸ ਤਰ੍ਹਾਂ ਗੜਿਆਂ ਨੂੰ ਗੋਲੀਆਂ ਚੱਲੀਆਂ ਜੀ, ਉੱਥੇ 2 ਮਿੰਟਾਂ ਦੇ ਵਿੱਚ ਇੰਨੇ ਜ਼ਿਆਦਾ ਫਾਇਰ ਹੋਏ। ਇੱਕ ਹੋਰ ਜਿਹੜੇ ਸੀਸੀਟੀਵੀ ਦੀ ਜਿਹੜੀ ਫੁਟੇਜ ਸਾਹਮਣੇ ਆਈ ਉਹ ਤਸਵੀਰਾਂ ਵੀ ਲਾ ਰਹੇ ਹਾਂ, ਪੁਲਿਸ ਵੱਲੋਂ ਹੀ ਜਨਤਕ ਕੀਤੀ ਗਈ ਹੈ ਕਿ ਜਿਹੜੇ ਮੁੰਡਿਆਂ ਨੇ ਕਿਹਾ ਜਾ ਰਿਹਾ ਕਿ ਇਹ ਮੁੰਡਿਆਂ ਨੇ ਗੋਲੀਆਂ ਮਾਰੀਆਂ ਹੋ ਸਕਦੀਆਂ, ਸੋ ਉਹਨਾਂ ਨੂੰ ਜਿਹੜੀ ਪੁਲਿਸ ਵੱਲੋਂ ਇਹ ਰਿਲੀਜ਼ ਕੀਤਾ ਗਿਆ। ਤਾਂ ਆਹ ਤਸਵੀਰਾਂ ਇੱਕ ਹੋਰ ਸੀਸੀਟੀਵੀ ਕੈਮਰੇ ਦੀਆਂ ਕਿ ਕਤਲ ਕਰਨ ਤੋਂ ਪਹਿਲਾਂ ਜਾਂ ਬਾਅਦ ਦੀਆਂ ਕਿਹਾ ਜਾ ਰਿਹਾ ਕਿ ਵੀ ਇੱਥੋਂ ਜਿੱਥੋਂ ਤੁਰੇ ਸੀ ਜਾਂ ਕਤਲ ਕਰਕੇ ਕਿੱਥੇ ਜਾਂ ਗਾਂਹ ਜਾ ਕੇ ਰੁਕੇ ਆ, ਇਹ ਤਸਵੀਰਾਂ ਜਾਰੀ ਕੀਤੀਆਂ ਗਈਆਂ। ਤੁਸੀਂ ਦੇਸ਼ ਵਿਦੇਸ਼ 'ਚ ਬੈਠੇ ਹੋ ਔਰ ਤੁਸੀਂ ਜੇ ਪਛਾਣਦੇ ਹੋ ਤਾਂ ਪਲੀਜ਼ ਪੰਜਾਬ ਪੁਲਿਸ ਨਾਲ ਕੋਂਟੈਕਟ ਕਰੋ, ਔਰ ਤੁਸੀਂ ਕੋਂਟੈਕਟ ਕਰਨ ਵਾਸਤੇ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਤਾਂ basi@bbc.com ਤੇ ਪਲੀਜ਼ ਤਾਲਮੇਲ ਕਰ ਸਕਦੇ ਹੋ। ਔਰ IBA ਦੇ ਕੋਲ ਵੀ ਇਹ ਇਨਫੋਰਮੇਸ਼ਨ ਸੀ ਜਿਹੜੀ ਕਿ ਪਾਸ ਕੀਤੀ ਗਈ ਸੀ ਇਸ ਵਿਅਕਤੀ ਬਾਰੇ ਕਿ ਇਹਨੂੰ ਖਤਰਾ ਆ, ਪਰ ਖਤਰੇ ਹੋਣ ਦੇ ਬਾਵਜੂਦ ਵੀ ਸਿਕਿਉਰਿਟੀ ਵਿਦਡਰਾਅ ਕਰਨਾ, ਇਹ ਜਿਹੜਾ IDOT ਨੂੰ ਕਿ ਉਸ ਤੋਂ ਬਾਅਦ ਪਬਲਿਸ਼ ਕਰਨਾ, ਇਹ ਸੋਚਣ ਵਾਲੀ ਗੱਲ ਹੈ ਕਿ ਇਹ ਕਿਉਂ ਹੋਇਆ। ਹਾਂਜੀ, ਹੋ ਸਕਦਾ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਉਹਨਾਂ ਦੇ ਧਿਆਨ ਵਿੱਚ ਬਾਅਦ ਵਿੱਚ ਆਇਆ ਹੋਵੇ ਕਿ ਕੀ ਕੀਤਾ, ਹਾਂਜੀ ਕਿਉਂ ਕੀਤਾ। ਹਾਂਜੀ, ਮੁੱਖ ਮੰਤਰੀ ਨਹੀਂ ਚਾਹੁੰਦੇ ਕਿ ਉਹਨਾਂ ਨੇ ਕਾਰਜਕਾਲ ਵੇਲੇ, ਕੋਈ ਵੀ ਮੁੱਖ ਮੰਤਰੀ ਨਹੀਂ ਚਾਹੁੰਦਾ, ਕੋਈ ਵੀ ਜਦੋਂ ਕੋਈ ਵੀ ਸਰਕਾਰ ਹੁੰਦੀ ਆ ਉਹ ਨਹੀਂ ਚਾਹੁੰਦੀ ਸਾਡੇ ਕਾਰਜਕਾਲ ਵੇਲੇ ਇਹੋ ਜਿਹੀ ਗੱਲਾਂ ਵਾਪਰਨ ਜਿਹਦਾ ਜਿਹੜਾ ਹੈ ਨਤੀਜਾ ਜਿਹੜਾ ਗਲਤ ਸਾਨੂੰ ਭੁਗਤਣਾ ਪਵੇ, ਕੋਈ ਵੀ ਸਰਕਾਰ ਨਹੀਂ ਚਾਹੁੰਦੀ ਕਿਸੇ ਵੀ ਦੇਸ਼ ਵਿੱਚ। ਸੋ ਆਓ ਆਪਾਂ ਅੱਜ ਪ੍ਰਣ ਕਰੀਏ ਕਿ ਹਿੰਦੁਸਤਾਨ ਕੋਈ ਵੀ ਸੂਬਾ ਆ ਔਰ ਇੱਥੇ ਸ਼ਾਂਤੀ ਹੋਣੀ ਚਾਹੀਦੀ ਆ, ਗੈਂਗ ਔਰ ਖਤਮ ਕਰੋ, ਗੈਂਗਸਟਰ ਲੋਕਾਂ ਨੂੰ ਬੇਨਤੀ ਕਰੋ ਕਿ ਪਲੀਜ਼ ਇਹ ਕੰਮ ਛੱਡੋ ਅਤੇ ਜ਼ਿੰਦਗੀ ਜਿਹੜੀ ਆਪ ਜੀਓ ਆਪਣੀ, ਦੂਜੇ ਨੂੰ ਜੀਣ ਦਿਓ। ਸੋ ਆਓ ਆਪਾਂ ਨਾਰਾ ਲਾਈਏ ਸ਼ਾਂਤੀ ਦਾ, ਏਕਤਾ ਦਾ, ਹਿੰਦੁਸਤਾਨ ਦੇ ਵਿੱਚ ਸ਼ਾਂਤੀ ਰਹੇ, ਅਸੀਂ ਅਰਦਾਸ ਕਰਦੇ ਹਾਂ, ਅਰਜੋਈ ਕਰਦੇ ਹਾਂ। ਇਹ ਸਾਡੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਹਥਿਆਰ ਸੁੱਟ ਦਿਓ, ਅੱਜ ਤੁਸੀਂ ਸਵੇਰੇ ਸ਼ਾਮ ਜਿਸ ਵੀ ਧਰਮ ਦੇ ਵਿੱਚ ਹੋ ਬਾਣੀ ਦਾ ਪਾਠ ਕਰੋ, ਤੁਸੀਂ ਜੋਸ਼ ਵਿੱਚ ਨਹੀਂ ਹੋਸ਼ ਵਿੱਚ ਆਓ, ਆਪਣੇ ਮਾਪੇ ਦੇ ਕਹਿਣੇਕਾਰ ਸਪੁੱਤਰ ਬਣੋ, ਆਪਣੀ ਜ਼ਿੰਦਗੀ ਦੇ ਜੀਵਨ ਜਿਹੜਾ ਹੈ ਚੰਗਾ ਬਤੀਤ ਕਰੋ, ਗਰਮੀ ਰੁੱਤਿਆਂ ਬੀਚ ਜਾਓ ਔਰ ਬਾਹਰ ਵੱਡੇ ਵੱਡੇ ਇਹੋ ਜਿਹੇ
स्टेशन ने हिल स्टेशन ने जिथे जाके तुसी इंजॉय करो बच्चों नाल एक काम छड्डो दूजे नूं जीण दिओ ते आप जीओ अते एक चंगा माहौल सरजो इह साडी तुहानूं बेनती है प्लीज़ कि पंजाब गुरुआं पीरां फकीरां पैगंबरां दा हिंदुस्तान साडा एक ऐसा पवित्र जमीन दा साडे दुनिया विच टुकड़ा आ जिथे असीं नतमस्तक हुंदे आ उत्थे वायलेंस नूं कोई जगह नहीं है देयर इज़ नो रूम फॉर वायलेंस एट ऑल असीं क्यों करदे आ प्लीज़ इहनूं स्टॉप करो बाहर बैठी हुई शक्तियां कड़तन रख दी मेरी उन्होंने बेनती है कि बंद करो एक सोशल मीडिया से बस काफ़ी जी गैंगस्टर्स के नाम लाए जा रहे हैं कि दोनों गैंगस्टर के ग्रुपों वालों वक् वक्रिया पोस्टा पा के एक सिंगर का भी ना लिया जा रहा फिर पुलिस ने दसिया कि शाहरुख ना का बंदा जोड़ा घटना के मतलब कि हाथ है जी का फिर हम यह भी कहा जा रहा जी रिपोर्टा जीडिया वक् वक्रिया र्यूमरस आ रही कि किसी होर सिंगर के मैनेजर का पूरा हाथ सेगा इनू कतल कराने अच्छा मैं हैरान है कि जो इन्ने आर्टिस्ट ने पंजाब के किसी भी आर्टिस्ट ने ये उपर अपना प्रतिक्रम दिता गुरदास मान जी तो अलावा कोई होर तो नहीं गया मेरे ख्याल नहीं बस अंदर खाते ये गल कही जा रही है कि जेडे सिंगर ने ना जेडे चल गए जेडे पैसे कमा रहे ने उन्हां तो पैसे पूसे काफ़ी सारे मंगे जा रहे ने जेडे ये सिंगर मूसेवाला तो आप लाइव होकर भी एक दो बारी ने यह गल की आ तो हुण जेडी गल कही जा रही है मूसेवाले के कतलकांड तो बाद चो जेडी गल कही जा रही है कि इदां दे कई होर सिंगर भी इदां पीड़ित ने जिन्हां तों कोई पैसे की डिमांड की जा रही है जां जिन्हां नूं कोई धमकियां जां फोन आए आ पर गल उही आ बासी साहब कि सारे डरदे आ कोई बोलन नूं तैयार ही नहीं किसी ने भी इस मौत दे उपर दुख दा प्रगटावा नहीं कीता बस स्टोरियां इंस्टाग्राम ते स्टेटस तां पाए आ सारे ने कि सैड दैट्स ऑल कुछ इस तों वध कुछ नहीं बोले फिर बस उही है ना कि हर बंदे नूं आपदी जान प्यारी है वेरी सैड पार्ट बस बोनर के उत्ते चढ़ के संताली का नाम सुनिया मैं खुद 94 का गल कल नाम सुनिया बासी साहब तो 94 ना 24 गोलियां मारनी है जी ये कोई बार्डर से लड़ाई नहीं लगी सी नंबर 6 कॉलर प्लीज बोलो जी बासी साहब मैं ना हा हाई मैं गल कर लगा जी तुम हम इंडीकेशन दिती है वैसे मैं कभी गाने नहीं सुने बट मैं तो कल का इरादा यही आई जाता भी वह मां पे का की हाल होगा जिन्हें 6.5 फुट पुत की लाश चकनी सौखी गल नहीं बासी साहब हाँ जी इट्स नॉट ईजी ते बाकी एक पासा ना जिहड़ा हो सकदा मैं गलत होवां हो सकदा वो आपां छड गए कि गैंगस्टर गैंगस्टर तां अपने सर यह भी हो सकदा भी थोड़ी अपनी पैरेंट बनाउण दे लई लोकां ने डर पैदा कर दे लई उद्दे जिम्मेवारी लै लई ये काम असीं कीता भी तां कि दूजिआं नूं उद्दे साडी दड़ी दहशत बण जावे पर इहदे पिछे एक यह भी हो सकदा भी जिहड़े दूजे तां दूजे कलाकारां दी तुसीं इंडीकेशन दित्ती आ भी हो सकता ये तो कोई जैलस भी इसका फील हो सकता भी हाँ भी सानू हूँ कोई पुछता नहीं ये थोड़ा ज्यादा चढ़ी जाता क्योंकि थोड़ा सर याद होना कि 80s के पंजाबी एक्टर वरिंदर का जो मर्डर होया ना उस वेले भी पहला यह होया कि खाटकुआ ने कतल कर दिता पंजाब चा लेकिन कुछ साल बाद फिर ये स्टोरी सामने आई सी कि उस वेले हर पंजाबी फिल्म च वरिंदर ही वरिंदर होंगी जी लेकिन होर के जिहड़े पंजाबी एक्टर से उन्होंने को पुछदा नहीं सी ते उहदे पिछे फिर किसी प्रोड्यूसर डायरेक्टर के एक्टर दा विच ना जुड़िया सी कि शायद उन्होंने ये कतल करवाया सी सो ये भी हो सकता भी कुछ इस फील्ड के बंदे हुण कुछ सपारी कतल कराता भी तां कि भी हुण साडी दा दुकान चलदी नहीं इहदी कल्ले दी चली जांदी आ पर दूजी गल आ भी टू बी हॉनर सर विद यू मैं फैन तो नहीं सी ना मैं कभी गाना सुनिया बट मैं ये बहुत फील हो रहा भी एक जवान मुंडा मां पे दा किसी ने मार दिता बिना गल तो जी, जी जी हाँ जी बस ये गल मैं बहुत फील हो रही है भी तो के अगर किसी ने गाने पसंद किए नहीं किए पर आफ्टर एट ऑल उन्होंने जरूर वेखे हो गए तुसी वीडियो वेखी होगी मैं कहना है जी गाने सुने हुए हो गए सो सुन तक सीमित देखने तक सीमित कुछ ना कुछ तो लोगों का प्रतिकरण बाहर आता सी इट मीनस के ये पॉपुलर सी इहदा नाम सी अते लोकां विच नाम सी बासी साहब पॉपुलर ते ना होण दी गल मैं तैनूं दस दिना कि तुहानूं दस दिना जी कि इहदे विच की आ कि इत्थे बहुते सिंगर इहो जिहे वी होए आ कि पिंडां च खाड़े लाउण गिआं दे कुट पै जांदी आ जां उहनां नूं भजा दिंदे ते कईआं दी तां जुंडे खिलरदिआं दी वीडियो भजदिआं दी बाहर भी आईया सीगियां पर इह सिद्धुआं दे पुत दी खट्टी इह सी जी कि ड्रे करगे बंदे जिहड़े वर्ल्ड फेमस ने उन्होंने दुख का प्रगटावा किया ग्लोबल न्यूज ग्लोब एंड मेल CP24 यह सिद्धू दे एक निक्के जे पिंड जिथे बसा भी नहीं जांदियां सी पहला चज नाल दो चार तो बिना तो उस सिद्धू दियां सिद्धुआं दे मुंडे दियां खबरां कवर कीतियां जा रही जी ये उहदी प्राप्ति सी
ना उन्होंने कितने मेले ते गए थे रोड़ा मारिया से ना उन्होंने कोई अंदर खाते मतलब कि जिमें कई है छुपे रुस्तम जो इतने सिंगर बथेरे है लोग कहें भी है तो पर जिमें मगरमच्छ के हंझू सिटन वाली गल्ला करी जाते पर वाहगुरु जो भी कुदरत है ये सब देखता हों जी मापिया का पुत चल गया पर बासी साहब ओ कल माता दी जिहड़ी क्लिप सी ना उहदी माता दी ते उहदे प्यो दी जिहड़ा तुसीं क्लिप देख के मैनूं कह रहे सी कि वी सिद्धू दा वड्डा भाई आ इह पर उहदे फादर साहब सीगे बासी साहब इन्नी क मैं गल जाणदा वी जिन्नियां इह बंदा सी किसे होर सिंगर दा तुसीं दस दिओ कि जिहदे मापिआं नूं लोक जाणदे आ जां जिहने आपदा गोत ते पिंड दा नाम मूहरे रख्या आपदा असली नाम भी नहीं मूहरे रख्या सी पर जे सिद्धू जिउंदा हुंदा ना जिउंदे तो उहने जी चिड़ी नहीं फरकण दित्ती उहदे मापिआं नूं किसे ने दुख तां की देणा सी पर समझ नहीं आती जी कि किस्मती वह कहिंदा भी सीगा कि जां तां ख्वाजा मेहरबान है ते जां कोई पिछले कर्मा दा कोई धनी है पर पता नहीं जी वेख लो हवा किधर नूं चल गई इहदों बाद चों एग्जाम्पल सिर्फ यही दित्तियां जाया करनगियां कि अत बाली चक्की सी तां हो गया पर भाई जिहड़े अत नूं कहिंदे आ मैं परसनली मेरे आप दे विचार है अत नूं उह बंदे ने किसे दा हक नहीं मारिया सी किसे दी जमीन नहीं नप्पी सी किसे दी कुड़ियां कतरियां नहीं कढ़ियां सी पर वो आपदी कला दे सिर ते उहने कला दे विच कला होनी वक्री गल हुंदी बस साहब किसे फील्ड संबंधी तुहाडे कोले कला पर उस फील्ड दे विच एक्सल करना दूजिआं नालों मूहरे जाना फिर उहनूं मेनटेन रखना क्योंकि जिवें तुसीं कहिंदे हुंदे बस साहब मशहूर होण दे लई तुहानूं मेहनत करनी पैंदी आ तुहानूं कुछ करके दिखाउणा पैंदा गा पर जदों जिवें जिवें तुसीं तुहाडे कोले फेम आउंदा कल वी गल करदे सी उवें उवें तुहाडे नाल जिहड़ियां आह विपता हुंदियां ना इह उहीं नाल रल जांदियां तुहाडे पर यह बिपतावान नहीं एक सिद्धुआ का मुंडा जो खोलिया जी तो मापिया का खोरे की उन्होंने जी की कालजा भुजी जाता उन्होंने मेहरबानी कॉलर अस नैक्सट कॉल जाते सॉरी लाइन बिजी है नंबर थ्री कॉलर प्लीज सिमर लाइन से असि चलो गलती रही भी ना अपने दो गनमैन जो रेंदे ना लै गया ना पर्सनल एक गड्डी सी भी बुलेट प्रूफ सी दूसरी गल वो बंदा ए नहीं मरिया को जी पिस्तौल सी बासी साहब वो पूरी खिलाफ हुई हुई थी उन्हें जिन्या गोलियां से सारिया अपनी खत्म करिया तो उस बाद मार दिता गया वो ए नहीं मरिया है भी कावड़ की मौत नहीं मरिया वो पूरा दलेर से तो मेरे बस हूं है ही शब्द मेरे को थैंक यू सो मच अगली कॉल जी नंबर टू कॉलर हाँ जी बासी जी मैं बस ये कहना चाहूंगा भी ये सारे सोग जेडे मातम के अज चलन देने जाली है जी ਕਿਸੇ ਨੂੰ ਚਲੋ ਦੁੱਖ ਹੋਊਗਾ ਮਾੜਾ ਮੋਟਾ ਦੀਪ ਸਿੱਧੂ ਵਰਗੇ ਨੂੰ ਬਸ ਜੀ ਭੁੱਲ ਗਏ ਲੋਕ ਇੰਨੇ ਇੰਨੇ ਮਹਾਨ ਯੋਧੇ ਜਿਹੜੇ ਆਏ ਆਪਣੇ ਪੰਜਾਬ ਚ ਉਹਨਾਂ ਨੂੰ ਲੋਕ ਭੁੱਲ ਗਏ ਆ ਤਿੰਨ ਚਾਰ ਦਿਨ ਬਸ ਜੀ ਚੱਲਣਾ ਸ਼ੋਸ਼ਾ ਮਾਸ਼ਾ ਬਾਜ ਸਾਹਿਬ ਨੇ ਭੁੱਲ ਜਾਣਾ ਜੀ ਮੈਂ ਬਸ ਇਹੀ ਕਹਿਣਾ ਚਾਹੁੰਦਾ ਨੰਬਰ ਵਨ ਕਾਲਰ ਨੰਬਰ ਫੋਰ ਕਾਲਰ ਹੈਲੋ ਜੀ ਬਸ ਸਰ ਜੀ ਸਤਿ ਸ਼੍ਰੀ ਅਕਾਲ ਬਹੁਤ ਦੁੱਖ ਹੈ ਜੀ ਬਹੁਤ ਹੁਣ ਹਰ ਬੱਚਾ ਉਹਨਾਂ ਨੇ ਮਾਰ ਦਿੱਤਾ ਮਾਂ ਤੇ ਇਕੱਲਾ ਇਕੱਲਾ ਬੱਚਾ ਹੁਣ ਹਰ ਸਿੰਗਰ ਮੇਰੇ ਬੱਚੇ ਅਮੈਰੀਕਾ ਚ ਰਹਿੰਦੇ ਵੱਲੋਂ ਇੱਕ ਸਿੰਗਰ ਨੂੰ ਲਾਇਕ ਸਿਰਫ ਸਿੱਧੂ ਵਾਲੇ ਨੂੰ ਮੂਸੇ ਵਾਲੇ ਨੂੰ ਹਾਂਜੀ ਤੇ ਦੂਸਰੀ ਬਸ ਗੱਲ ਬਹੁਤ ਗੱਲਾਂ ਗਈਆਂ ਅਤੇ ਮਾਫੀਆ ਤੇ ਖਤ ਕੰਟਰੋਲ ਹੋ ਸਕਦਾ ਹਾਂਜੀ ਮਾਫੀਆ ਕਨੇਡਾ ਤੋਂ ਬਹਿ ਕੇ ਕੰਮ ਕਰਵਾ ਰਿਹਾ ਆਪਣੇ ਸਾਰਿਆਂ ਦੀ ਕਿਉਂਕਿ ਕਬੱਡੀ ਵਾਲੇ ਪਲੇਅਰ ਮਰਾ ਰਿਹਾ ਮੂਸੇ ਵਾਲੇ ਮਰਾ ਰਿਹਾ ਹਾਂਜੀ ਹੋਰ ਚਿੱਟਾ ਨਸ਼ਾ ਵਿਕਾ ਰਿਹਾ ਇਹਨਾਂ ਦੇ ਪਲੀਜ਼ ਕੰਟਰੋਲ ਕਰਾਓ ਤੁਸੀਂ ਜੇ ਇੱਥੇ ਕੰਟਰੋਲ ਨਹੀਂ ਤਾਂ ਕੁਛ ਨਹੀਂ ਹੱਲ ਹੋਣੇ ਜੀ ਹਾਂਜੀ ਓਕੇ ਥੈਂਕ ਯੂ ਸੋ ਮਚ ਜੀ ਨੰਬਰ ਵਨ ਕਾਲਰ ਅਵਤਾਰ ਜੀ ਲਾਈਨ ਤੇ ਹੋ अच्छा जी सिद्धू साहब मैं तुम्हें एक चीज दसा जो होया वो हो गया जी माड़ा परमात्मा ने जो लिखा उस तरह ही होना है पर जी चीज सेंटर की भी सरकार का हाथ निकलेगा जे चंगी तरह किसे कीता साडा होम मिनिस्टर को भला मानस नहीं हूं देखता 24 का इलेक्शन हूं देखता पंजाब नूं बर्बाद करिए भगवंत मान क्यों आ गया भगवंत मान भी कोई सोचे होम मिनिस्ट्री नहीं सामी जाती तो दे ये को है जो विजय की थी तो दूजी चीज पब्लिक अजे भी ये ही है तो हम जो बदमाश ने वो भगवंत मान को नहीं चलन देंगे सिद्धू का जो ना कि बहुत वड्डा हाथ होगा जो सही इनकुआरी निकली तो सरकार तो बगैर यह काम नहीं होया आप अपने थोड़े विचार ने हाँ जी नंबर फोर कॉलर प्लीज हैलो हैलो जी तुम लाइन थे जी इनकाउंटर हो जाना है क्योंकि
ਪੰਜਾਬ ਸਰਕਾਰ ਤੇ ਦਬਾਅ ਹੈਗਾ ਤਾਂ ਕਰਕੇ ਉਹਨਾਂ ਨੇ ਕੁਛ ਕਰਨਾ ਪੈਣਾ ਤੇ ਲਾਰੈਂਸ ਬਿਸ਼ਨੋਈ ਤੇ ਕੋਈ ਵੱਡਾ ਗੈਂਗਸਟਰ ਨਾਲ ਟਾਰਗੇਟ ਆਣਾ ਬਸ ਨੰਬਰ ਵਾਸੀ ਕਾਲ ਪਲੀਜ਼ ਚਾਹਲ ਜੀ ਲਾਈਨ ਤੇ ਹੋ ਹੈਲੋ ਜੀ ਵੀਰ ਜੀ ਬਹੁਤ ਮਾੜਾ ਕੰਮ ਹੋਇਆ ਇਹ ਜਾਣੀ ਲੋਕ ਉਧਰ ਮੈਂ 6 ਸਾਲ ਹੋ ਗਏ ਇਧਰ ਕੈਨੇਡਾ ਚ ਆਏ ਨੂੰ ਲੋਕ ਦੇਖ ਕੇ ਕੰਮ ਨੂੰ ਕਿਸੇ ਦੇ ਨੂੰ ਜਰਦੇ ਨਹੀਂ ਹੈਗੇ ਇਹਨੂੰ ਇਹਦੇ ਵੀ ਦੇਖ ਕੇ ਦੂਜੇ ਕਲਾਕਾਰ ਨੀ ਜਰਦੇ ਇਹਨੂੰ ਇਹਦਾ ਕਿਸੇ ਬਹੁਤ ਮਾੜਾ ਕੰਮ ਹੋਇਆ ਥੈਂਕ ਯੂ ਸੋ ਮਚ ਤੁਸੀਂ ਪਾਰਟਿਸਿਪੇਟ ਕੀਤਾ ਹਾਂਜੀ ਨੰਬਰ ਨੈਕਸਟ ਨੰਬਰ 6 ਕਾਲਰ ਜਿੰਨਾ ਕੋ ਉਹਨਾਂ ਦੇ ਪਰਿਵਾਰ ਨੂੰ ਆਪਾਂ ਹੌਸਲਾ ਦੇ ਪਾਈਏ ਓਨਾ ਹੀ ਘੱਟ ਹੈ ਬਟ ਇਹ ਲੋਸ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਕੰਸਰਨ ਮੇਰਾ ਇਹ ਸੀ ਸਰ ਆਪਾਂ ਸਾਰੇ ਇਸ ਦੁੱਖ ਭਾਗੀ ਘਟਨਾ ਤੇ ਦੁੱਖ ਪ੍ਰਗਟਾ ਰਹੇ ਹਾਂ ਜਿਹੜਾ ਕਿ ਬੰਦਾ ਵੀ ਹੈ ਪਰ ਦੂਜੇ ਪਾਸੇ ਆਪਾਂ ਨੂੰ ਆਪਦੀ ਰਿਸਪੋਂਸੀਬਿਲਿਟੀ ਵੀ ਲੈਣੀ ਪੈਣੀ ਹੈ ਵੀ ਆਪਣੇ ਦੇਸ਼ ਕੈਨੇਡਾ ਵਰਗੇ ਦੇਸ਼ ਚ ਇੰਨਾ ਲਾਫੁਲ ਕੰਟਰੀ ਹੈ ਉਹਦੇ ਚੋਂ ਬੈਠ ਕੇ ਇੱਥੋਂ ਦੀ ਉਹ ਕੋਈ ਗੋਲਡੀ ਬਰਾਡ ਜੋ ਵੀ ਹੈ ਆਰਡਰ ਦੇ ਰਿਹਾ ਹੈ ਤੇ ਉਹ ਇੰਪਲੀਮੈਂਟ ਹੋ ਰਿਹਾ ਸਰ ਆਪਾਂ ਨੂੰ ਆਪਦੇ ਅੰਦਰ ਵੀ ਝਾਤੀ ਮਾਰਨ ਦੀ ਲੋੜ ਹੈ ਇਹਨਾਂ ਲੋਕਾਂ ਨੂੰ ਆਪਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਤੇ ਵੱਧ ਤੋਂ ਵੱਧ ਉਹਨਾਂ ਨੂੰ ਨੰਗਾ ਕਰਕੇ ਇੰਡੀਅਨ ਗੌਰਮੈਂਟ ਨੂੰ ਬਲੇਮ ਕਰਨ ਦੀ ਬਜਾਏ ਆਪਾਂ ਉਹਨਾਂ ਦਾ ਸਾਥ ਦੇ ਕੇ ਇਹਨਾਂ ਨੂੰ ਅਰੈਸਟ ਕਰਾਉਣਾ ਚਾਹੀਦਾ ਸਰ ਐਸੀ ਬੜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਸੀ ਆਪਣੇ ਸੋ ਦੱਸੀ ਕਿ ਸਾਡੇ ਪਾਸ ਇੱਕ ਰੈਵੋਲੂਸ਼ਨ ਬੰਦੇ ਨੇ ਮਿਊਜ਼ਿਕ ਦਾ ਲਿਆਂਦਾ ਡਿਫਰੈਂਟ ਤਰ੍ਹਾਂ ਦਾ ਕੋਈ ਜਿੱਦਾਂ ਸੇਮ ਮਿਊਜ਼ਿਕ ਨਹੀਂ ਡਿਫਰੈਂਟ ਮਿਊਜ਼ਿਕ ਸੀਗਾ ਬੰਦੇ ਦਾ ਥੈਂਕ ਯੂ ਸਰ ਮੈਂ ਸਿੱਧੂ ਮੂਸੇਵਾਲੇ ਨੂੰ ਜਿੰਨਾ ਵੀ ਜਾਣਦਾ ਔਰ ਉਹਦੇ ਬਾਰੇ ਵਿੱਚ ਮੈਂ ਇਹੀ ਗੱਲ ਕਹਿਣੀ ਚਾਹਾਂਗਾ ਕਿ ਇੰਟਰਵਿਊ ਅਸੀਂ ਉਹਨਾਂ ਦੀ ਕੀਤੀ ਔਰ ਇੱਥੇ ਇੱਕ ਸ਼ੋਅ ਹੋਇਆ ਔਰ ਬਾਅਦ ਵਿੱਚ ਸ਼ੁਕਰਾ ਪਿਛਲੇ ਦੀਪੀ ਜੀ ਮੇਰੇ ਖਿਆਲ ਕੁਝ ਹੋਰ ਸੀਗੇ ਉਹਨਾਂ ਨਾਲ ਸਾਥੀ ਔਰ ਸਭ ਤੋਂ ਸ਼ੋਅ ਮੈਨੂੰ ਕਰਾਉਣ ਦਾ ਮੌਕਾ ਮਿਲਿਆ ਜਾਂਦੇ ਕਿ ਬਹੁਤ ਸਾਰੇ ਸ਼ੋਅ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਮੈਂ ਇੰਟਰੋਡਿਊਸ ਕੀਤਾ ਅਤੇ ਉਹਨਾਂ ਨੂੰ ਦੁਨੀਆਂ ਦੇ ਵਿੱਚ ਵੀ ਬਾਹਰ ਕੋਈ ਲੈ ਕੇ ਗਿਆ ਪੰਜਾਬ ਤੋਂ ਬਾਅਦ ਜੇ ਜਹਾਜ਼ 'ਚ ਬਿਠਾਇਆ ਤਾਂ ਮੈਂ ਬਿਠਾਇਆ ਉਹਨਾਂ ਵਿੱਚ ਭਾਵਾਂ ਕਿ ਅੱਜ ਕੱਲ੍ਹ ਦਲਜੀਤ ਬੜਾ ਪਾਪੂਲਰ ਹੈ ਲੜਕਾ ਔਰ ਦਲਜੀਤ ਸਾਂਝ ਨੂੰ ਸਭ ਤੋਂ ਪਹਿਲਾਂ ਜਹਾਜ਼ 'ਚ ਬਿਠਾਉਣ ਵਾਲਾ ਜੋਗਿੰਦਰ ਬਾਸੀ ਹੈ ਅਤੇ ਮੇਰੀ ਟੀਮ ਹੈ ਮੈਂ ਲੈ ਕੇ ਆਇਆ ਸ਼ੋਅ ਪੇਸ਼ ਕੀਤਾ ਬਲਵੀ ਬੋਪਰ ਆਏ ਦਾ ਗਾਣਾ ਦੀਦੀ ਗੀੜਾ ਬੜਾ ਮਸ਼ਹੂਰ ਹੋਇਆ ਮੈਂ ਲੈ ਕੇ ਆਇਆ ਉਸ ਤੋਂ ਬਾਅਦ ਤੁਹਾਡੀ ਸੇਵ ਵਿੱਚ ਅਸੀਂ ਲੈ ਕੇ ਆਏ ਜੱਸੀ ਗਿੱਲ ਔਰ ਅਰਵਿੰਦਰ ਗਰੇਵਾਲ ਹਰਜੀਤ ਹਰਮਨ ਮੈਸ ਪੂਜਾ ਔਰ ਕੇ ਬੀ ਵੀ ਆਪਣੇ ਮੈਂ ਭੁੱਲ ਗਿਆ ਇੱਕ ਕੇ ਬੀ ਲੇਡੀ ਦਾ ਨਾਂ ਸੀ ਔਰ ਬਹੁਤ ਸਾਰੀਆਂ ਫੀਮੇਲ ਸਿੰਗਰਸ ਜਿਹੜੀਆਂ ਨੇ ਲੈ ਕੇ ਆਏ ਕਰਤਾਰ ਮਨੇ ਪੇਸ਼ ਕੀਤਾ ਔਰ ਤੁਸੀਂ ਇਮੈਜਿਨ ਕਰੋ ਕਿ ਇੰਨੇ ਆਰਟਿਸਟ ਅਸੀਂ ਪੇਸ਼ ਕੀਤੇ ਔਰ ਇਹਦੇ ਵਿੱਚ ਤੁਸੀਂ ਜਾਣਦੇ ਹੋ ਕਿ ਐਮੀ ਬਿਰਕ ਤੁਹਾਡੇ ਲੈ ਕੇ ਆਏ ਅਰਜੀਤ ਬਾਬਾ ਲੈ ਕੇ ਆਏ ਪਹਿਲੀ ਵਾਰੀ ਹੋਰ ਵੀ ਅਨੇਕਾਂ ਹੀ ਗਾਇਕ ਨੇ ਔਰ ਸਾਡੇ ਰੁੜਕੇ ਤੋਂ ਗਾਇਕ ਮੁੰਡਾ ਕੀ ਨਾਮ ਹੈ ਜਿਹੜਾ ਇੰਗਲੈਂਡ ਦੇ ਵਿੱਚ ਡਿਪੋਰਟ ਹੋ ਗਿਆ ਸੀ ਗੈਰੀ ਸੰਧੂ ਉਸ ਨੂੰ ਮੈਂ ਪਹਿਲੀ ਵਾਰ ਪੇਸ਼ ਕੀਤਾ ਕੈਨੇਡਾ 'ਚ ਸੋ ਇਹਨਾਂ ਲੋਕਾਂ ਨੂੰ ਬੀਜੇ ਪਹਿਲਾਂ ਦਵਾਏ ਜਿਹਨੂੰ ਕਦੇ ਮਿਲਦੇ ਨਹੀਂ ਸੀਗੇ ਕਈ ਕਈ ਵਾਰ ਰਿਫਿਊਜ ਹੋਏ ਸੀਗੇ ਬਹੁਤ ਸਾਰੇ ਐਸੇ ਗਾਇਕ ਹੈ ਨਾਂ ਨਹੀਂ ਲੈ ਸਕਦਾ ਮੈਂ ਉਹਨਾਂ ਦੇ ਨਾਲ ਬਹੁਤ ਵੱਡੀ ਲਿਸਟ ਹੈ ਕਈ ਪਿੱਛੇ 7-7 ਵਾਰੀ ਰਿਫਿਊਜ ਹੋਏ ਸੀਗੇ ਇੱਕ ਪਿੱਛੇ ਕੰਟਰੋਵਰਸ਼ਲ ਉਹਨੇ ਸ਼ਰਾਰਤ ਕੀਤੀ ਸਾਡੇ ਨਾਲ ਉਹ 6 ਵਾਰ ਰਿਫਿਊਜ ਹੋਇਆ ਸੀਗਾ ਉਹ ਨਾਲੇਗੀ ਜੇ ਨਾਲੇਗੀ ਛੱਡੋ ਪਰਾਂ ਔਰ ਉਹਨੂੰ ਅਸੀਂ ਕੈਨੇਡਾ ਦੇ ਵੀਜ਼ੇ ਦਵਾਇਆ 6 ਵਾਰ ਰਿਫਿਊਜ ਹੋਇਆ ਸੀਗਾ ਸੋ ਕਿੰਨੇ ਹੋਰ ਕਲਾਕਾਰ ਜਿਹਨੂੰ ਅਸੀਂ ਵੀਜ਼ੇ ਦਵਾਏ ਔਰ ਇੱਕ ਮੈਂ ਚੀਜ਼ ਦੱਸਣੀ ਚਾਹੁੰਦਾ ਕਿ ਜਿੰਨੇ ਵੀ ਕਲਾਕਾਰ ਨੂੰ ਵੀਜ਼ੇ ਦਵਾਏ ਕੈਨੇਡਾ ਵਿੱਚ ਸੱਦੇ ਮੈਂ ਔਰ ਇੱਕ ਗੱਲ ਮੈਂ ਕਹਿ ਸਕਦਾ ਔਰ ਮੂਸੇਵਾਲੇ ਵੀ ਇਹ ਗਾਇਕ ਰਾਜ ਨਹੀਂ ਰਿਹਾ ਸਾਡੇ ਵਿੱਚ ਔਰ ਇਹਨਾਂ ਨੇ ਮੇਰੇ ਕੋਲੋਂ ਅੱਜ ਤੇ ਇੱਕ ਵੀ ਸੈਂਟ ਨਹੀਂ ਲਿਆ ਜਿੰਨੇ ਵੀ ਸ਼ੋਅ ਪੇਸ਼ ਕੀਤੇ ਸਾਰਿਆਂ ਨੇ ਔਰ ਕਿ ਪੀ ਜੀ ਗਰੇਵਾਲ ਔਰ ਇਹਨਾਂ ਨੇ ਔਰ ਤੁਸੀਂ ਜਾਣਦੇ ਹੋ ਕਿ ਬੜਾ ਕੰਟਰੋਵਰਸ਼ੀ ਸਾਡਾ ਸ਼ੋਅ ਹੋਇਆ ਸੀ ਦਿੱਲੀ ਦੇ ਗਾਇਕ ਹਨੀ ਸਿੰਘ ਹੈਂਜੀ ਉਹ ਵੀ ਪੇਸ਼ ਕੀਤਾ ਸੋ ਸਾਰੇ ਕਲਾਕਾਰਾਂ ਨੇ ਆਣ ਕੇ ਸਟੇਜ 'ਤੇ ਪਰਫੋਰਮੈਂਸ ਕੀਤੀ ਔਰ ਸੇਵਾ ਫਲ ਇੱਕ ਵੀ ਡਾਲਰ ਨਹੀਂ ਲਿਆ ਮੇਰੇ ਤੋਂ ਕਦੇ ਵੀ ਅਮਰੀਸ਼ ਵਰਮਾ ਕੀ ਨਾਮ ਹੈ ਮੁੰਡੇ ਲੜਕੇ ਦਾ ਪਰਮੇਸ਼ ਵਰਮਾ ਹਾਂਜੀ ਸੋ ਉਹ ਵੀ ਸੋ ਇਹਨਾਂ ਕਲਾਕਾਰਾਂ ਨੇ ਆਏ ਸ਼ੋਅ ਪੇਸ਼ ਕੀਤਾ ਔਰ ਅੱਜ ਤਾਈਂ ਇਹਨਾਂ ਨੇ ਕਿਸੇ ਨੇ ਵੀ ਜਿੰਨੇ ਸ਼ੋਅ ਕਰਾਏ ਕਦੇ ਪੈਸਾ ਦਿੱਤਾ ਅੱਜ ਕੱਲ੍ਹ ਜਿਹੜੇ ਸ਼ੋਅ ਕਰਾਉਂਦੇ ਨੇ ਤਾਂ ਜੇ ਸ਼ੋਅ ਕਲਾਕਾਰ ਕਰਨ ਆਉਂਦੇ ਨੇ ਪਤਾ ਨਹੀਂ ਕਿੰਨੇ ਕਿੰਨੇ ਲੱਖ ਰੁਪਈਏ ਦਾ ਤਾਂ ਲੈਂਦੇ ਨੇ ਤੁਸੀਂ ਆਪੇ ਵੇਖ ਲਓ ਕਿ ਮੈਂ ਸ਼ੋਅ ਪੇਸ਼ ਕੀਤੇ ਸ਼ੋਅ ਸੋਲਡ ਕੀਤੇ ਹਜ਼ਾਰਾਂ ਲੋਕਾਂ ਦਾ ਇਕੱਠ ਕੀਤਾ
और पैसे दे के शो पेश किए और इन्होंने किसी तरह भी किसी भी कलाकार ने मेरे को एक डॉलर लैंड तो बगैर शो पेश किए और मैं कह सकता कि बहुत बड़ी जिंदगी प्राप्ति है सिर्फ इन्होंने यही होंगे कि सू वीजा मिल जाए कैनेडा का तो एक वंडरलैंड शो सू जो परफॉर्मेंस करने तुम टाइम दे रहे हो यह साढ़े वास्ते बहुत बड़ी माण की गल है और इन्ना वड्डा जिहड़ा सत्कार दिता इन्होंने सारे कलाकारों ने मनमोहन वारस कमल हीर होए पंजाबी विरसा शुरू किया सब तो पहला और शो सोल्ड आउट किया कलाकार बहुत बड़ी गिनती में है बहुत लंबी कतार है और इस कलाकार ने भी एक भी पैसे ने मेरे तो चार्ज किया मैं क्या कि कहते नहीं जी असी सानू प्राउड है कि अपने आप से कि सानू काबिल समझे किसी सर बुला रहे हो यह गल मैंने याद आ रही मेरे कन्ना में गूंज रही है आ सिद्धू मूसे वाले की कि इन्ना मैंने सत्कार दिता तो ऑल्टर ने कहा कि तुम मैंने सत्कार दिता कि मैं तुम बुला रहे हो जोड़ा सच है सच है अच्कल तो मेरे ख्याल के जो कुछ शो करवा तो इन कलाकार कलाकार इन्ह तो दो दो लख ढाई ढाई लख डेढ़ लख मंगते शो करने का तो मैं कदे एक रुपया एक डॉलर नहीं लिया इन्होंने मेरे को कदे भी हाँ जी नंबर वन कॉलर इरिस्पेक्ट है हाँ जी नंबर हाँ जी तुम लाइन से नंबर वन कॉलर बहुत माड़ी गल हुई हाँ जी बहुत माड़ी गल हुई है पंजाब का एक टैलेंट सी चलो जिदा भी कॉन्ट्रोवर्शियल सी नहीं सी है ना जी बट फैन फॉलोइंग बहुत ज्यादा ही बहुत लोग सुनते ही ते इतने अहीं रहने जिदा अमेरिका मेरे बच्चे अमेरिकन बॉर्न बट उन्होंने कभी भी मतलब कि जिहड़ा कोई भी गाना आना बड़ा डेस्परेटली वेट करना है ना तो ब्राउन बॉयज जिहड़ा टाइटल इहदे अपना हैगा सी उह भी बच्चों बहुत जिदा चंगा लगता ही बट बस साहब एक गल है भी जिदा आई डोंट नो व्हाई दी सिक्योरिटी क्यों वापस ले गई आई थिंक बहुत वड्डा पोलिटिकल जिहड़ा हैगा वा इहदे विच कुछ ना कुछ इनवॉल्वमेंट हो सकती है सिक्योरिटी लैब से इहदा वड्डा मेन होना चाहिए जी बाकी आई थिंक जो पुलिस डॉट्स कनैक्ट करन दी या उन्होंने एक छे बंदियां दी वीडियो लभी आ एक ढाबे ते खाने खांदे दी उहदे विचों मैं ध्यान नाल वेख्या एक चिट्टी शर्ट वाला मुंडा उत्थे बैठा वा ते फिर जदों एक वीडियो इहदे पिंड तों आई है जिथे इहनूं गोलियां वज्जी उत्थे जिहड़ा करोला विच तुसीं पॉज करके वेखोगे वीडियो दे अगे उही चिट्टी शर्ट वाला मुंडा अगे वेखदा वा ना सो होपफुली पुलिस जिहड़े डॉट्स आ राइट कनैक्ट करन दी आ सो लेट्स सी चाहुंदे आ कि इहनां दे जिहड़ो दे शुड बी ब्रिंग टू यू नो उहनां दे जस्टिस मिले दे मां प्यो नूं उहनां दा जिहड़ा सिलगा वापस ते आउणा नहीं बट इहो जिहां नूं जे अपना यू नो सज़ा मिलदी आ अंतम संस्कार की रस्म पंजाब साढ़े 8 बजे शुरू होगी 12 बजे देखा जाए कि इस मृतक डे जी हाँ सदा वास्ते जानते हो कि रस्मां नवाईयां जा रही ने अंतम रस्मां जिहड़ियां ने कल नवाईयां जाणगियां अंतम जानि कि आखिरी उस तो बाद मूसेवाले की मृतक दे सदा वास्ते मिट्टी हो जाएगी और आवाज़ बंद हो चुकी है कलम टुट चुकी है पर मूसेवाले नूं असीं याद कर रहे हैं और चढ़ती जवानी विच इस बच्चे का कतल हो जाना अगर थोड़े विरोधता है थोड़े को गिला शिकवा है तुसीं कलमा राही करो तुसीं होश राही करो तुसीं जोश विच आण के कतल ना करो गोलियां ना चलाओ गोलियां जिहड़ियां ने इह कोई किसे देश जे तुसीं सिपाही नहीं हो और तुसीं किसे दी हत्या लैणा नौजवान गभरू दी मखणा मलाईयां नाल पालिया होया बच्चा मां दी छाती दुध पाल पलाया मां ने हुण भुब्बा मार के रो रही है मां दे इंजैक्शन दित्ता गया सलाउण वेले मिलाइन च साडे कॉलर ने और मामा रो रही ने दुनिया विच नंबर 4 कॉलर तुसी लाइन च हो हेलो अंकल सत श्री अकाल जी सत श्री अकाल बेटा बच्चा रो रहा है बेटा कितों कॉल कर रहे हो तुसी अंकल जी हांगकांग चो गल करदे पए हांगकांग तक फोन कर रहे हो तुसी मूसे वाले दे बहुत फैन लगदे हो जी अंकल जी ना तो जिन्होंने कातल जेड़े ना दी कात पराना ने लत्ता बाहों बंद के ना ना ने जेल दे अंदर पूरी जिंदगी देखना चाहिए था ना वो मारा कितना एक माँ था ना पुत को लिया लोग रो रहे हैं जिन्हारे खून स्थानी है वो भी लोग रो रहे हैं थोड़े सामने हांगकांग तो कॉल है
इस लड़की का कोई रिश्ता नहीं है मेरे ख्याल के इस गायक के नाल सर पावक है इस गायकी तो इस कला तो प्रभावित हो चुकी रोंदी है लड़की बच्चा रो रहा है भुब्बा मार के अपने दिल की पड़ास कड़ रहा है और दुख सांझा कर रहा है दूर बैठा ये परिवार उसकी मां के नाल बहुत दुख जिहड़ा है ओ इस वेले सांझा कर रहे हो और दुख नूं घटाउण दी कोशिश कर रहे हो पर जिहड़ा व्यक्ति चले गया उन मुड़ के नहीं आना जदों आपां कहिंदे मुड़ के नहीं आना तां फिर साडा मन जिहड़ा आ होर अवाले खाण लग पैंदा फिर मन जिहड़ा आ होर उदास हो जांदा कि जिंदगी की चीज आ इह लोक क्यों इस तरह करदे ने बस सब समय क्यों नहीं आप जिंदगी नूं जींदे तां दूजे जिंदगी नूं जीण दिंदे एक तो हों अंकल जी की नैचुरल डेथ होनी ना वो कोई बकरी होंगी पर चलो होनी सी हो गई ना एक एक ऐसा मारना बंदे नू बसी साहब ये विच तुसी आए देखो कि कल तक गल्लां हुंदियां हुंदियां सी मापे हल्ला शेरी दिंदे हुंदे सी कि सिद्धू मूसेवाले नूं साडे पुत दी वी साडे धी दी वी चढ़ाई होवे ते सिद्धू मूसेवाले दी मां विचारी अक्सर ही यह गल्लां कहिंदी दसदी सी कि मैं चाहुंदी कि सारयां दे पुत धीआं जिवें मेरे पुत ने नां कमाया गा इदां ही कमाउण पर तुसी देखो कि कल उस मां नूं आए कहना पै गया कि एक गोली मेरे मारो तो एक मेरे घर वाले दे भी मारो जे तुहानू होर खुशी मिल जू वो मां जिहड़ी दलीलां दिंदी सी आपदे पुत दीआं कि इहदे अरगे बणो इहदे अंगू तुहानू दुआवां दिंदी सी कि मेरे पुत अरगे तुसीं भी तरक्की करो तो बेचारी कल उहने खोरे की बीत रही हो जी बासी साहब उहदे ते एक बासी साहब क्लिप जिहड़ी सिद्धू दी लाउणी चाहवांगे जी 18 सैकेंड दी क्लिप है जी जिहड़ी ओह असीं टीवी स्क्रीन ते तुहाडे नाल सांझी करनी चाहवांगे जी क्योंकि मेरे मापे मैनू समझाउंदे सी वी पुत आ तेरा चंगा आ तेरा माड़ा अपने कोल इन्ने क पैसे आ इन्नी क जमीन है तू आ कम करना है आ कम नहीं करना जे तू आ कम कीता तां तेरे ते आ बैड इफेक्ट पऊ जे तू आ चंगा कीता तां तेरे लई आ चंगा हो जाऊ ओ जदों तुसीं आपदे जवाकां नूं कुछ दसणा ही नहीं फिर आपां लोकां ते क्यों थोपदे आ वी तुसीं खराब करदे जवाक सो ये आवाज़ जी बंद हो चुकी है सदा लिए तो ये कलम जी टुट चुकी है अक्सर कलम द्वारा लिखे हुए बोल जे कलाकार जो अपने अंदाज पेश करता है अपनी पॉपुलरिटी जी खटता है मूसेवाला नहीं रहा असं श्रद्धांजलि पेश कर रहे हैं अस दुख साझा कर रहे हैं ये बासी शो है जोड़ा कि लोगों ने दुख चुकता है दुख साझे करता है ना दे नाल असीं बेनती करदे हां कि आओ अपने देश हिंदुस्तान प्रति बार बैठे लोग शांति की अरदास करन एकता की गल करन और गैंगस्टर बार अते जिहड़ा इह जो भी किया जा रहा कराया जा रहा खत्म करन साडे देश तरक्की कर रहा तरक्की दे विच योगदान पाओ पंजाब दे विच नवी सरकार बनी है और चलो सिक्योरिटी दे लैप्स होया नो डाउट बट कोई भी सरकार कोई भी व्यक्ति मुख्यमंत्री जदों बराजमन हुंदा उहनूं चाहुंदा हुंदा कि मेरी कार्यकाल वेले आ चीज़ां वापरन थोड़े ख्याल कि भगवंत मान चाहुंदा कि उत्थे खप पवे उत्थे गोली चलन उत्थे कतल होवे नो वे ही डोंट वांट बट आ जो कुछ होया ये बहुत माड़ा होया शांति बनाई रखने की अपील भगवंत मान ने भी की असीं भी करदे हां तुसीं भी करो और आओ सरकार का साथ दिओ सरकार बनी थोड़ा चिर हो गया ये कतलो गारद खत्म करो गिले शिकवे दूर करो इन्होंने हल करना गिले शिकवे का बहुत जरूरी है होश में करो जोश में ना करो नंबर थ्री कॉलर हरजिंदर की कहना चाहते हो हेलो सत श्रीकाल बस साहब अज पहली बार थोड़े शो में कॉल की है मैं अज रहा नहीं गया है ना अपने पंजाब दे विच अनफॉर्चुनेटली कहना पड़ा भी 34 साल बाद कोई माड़ा इतिहास सिरजिया गया है
ਪਹਿਲਾਂ ਇਸੇ ਤਰ੍ਹਾਂ ਹੀ ਅਮਰ ਸਿੰਘ ਚਮਕੀਲਾ ਦੀ ਆਵਾਜ਼ ਬੰਦ ਕੀਤੀ ਗਈ ਸੀ ਜੀ ਗੋਲੀਆਂ ਮਾਰ ਕੇ ਅੱਜ ਬੜੇ ਦੁੱਖ ਨਾਲ ਕਹਿਣਾ ਪਿਆ ਉਸੇ ਤਰ੍ਹਾਂ ਸਿੱਧੂ ਮੂਸੇਵਾਲਾ ਦੇ ਛੋਟੇ ਬੱਚੇ ਦੀ ਜ਼ਿੰਦਗੀ ਵਾਪਸ ਲਈ ਗਈ ਆ ਉਦੋਂ ਅਮਰ ਸਿੰਘ ਚਮਕੀਲਾ ਸਾਹਿਬ ਦੀ ਵੀ 27 ਸਾਲ ਦੀ ਏਜ ਸੀਗੀ ਇਹਦੀ 28-29 ਸਾਲ ਦੀ ਉਮਰ ਹੈ ਉਦੋਂ ਵੱਧ ਨਹੀਂ ਹੈਗੀ ਪਰ ਅੱਜ ਮਾਪਿਆਂ ਨੂੰ ਦੇਖ ਕੇ ਬੜਾ ਦੁੱਖ ਲੱਗਦਾ ਕਿ ਉਹ ਕੀ ਕਰਨਗੇ ਵਿਚਾਰੇ ਪਰ ਅੱਜ ਮੈਂ ਇਹ ਕਹਿਣਾ ਚਾਹੁੰਦੀ ਹਾਂ ਪੰਜਾਬੀ ਸਾਰੇ ਮਾੜੇ ਨਹੀਂ ਹੈਗੇ ਪਰ ਕੁਛ ਪੰਜਾਬੀ ਲੋਕਾਂ ਦੀ ਮਾਨਸਿਕਤਾ ਨੂੰ ਸੱਚੀ ਜੰਗ ਲੱਗ ਚੁੱਕੀ ਆ ਬਿਲਕੁਲ ਠੀਕ ਭੈਣ ਜੀ ਤੁਸੀਂ ਕਿਹਾ ਬੜਾ ਦੁੱਖ ਹੈ ਬੜਾ ਦੁੱਖ ਲੱਗਿਆ ਇਦੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਆਪਾਂ ਕਿਸੇ ਨੂੰ ਅੱਜ ਵੀ ਚਮਕੀਲੇ ਦੇ ਗਾਣੇ ਚੱਲਦੇ ਨੇ ਜੀ ਸਾਰੇ ਜੰਗਸਟਰ ਸੁਣਦੇ ਨੇ ਸਾਰੀਆਂ ਗੱਡੀਆਂ ਵਿੱਚ ਵੱਜਦੇ ਨੇ ਇਸੇ ਤਰ੍ਹਾਂ ਸਰ ਸਾਰੀ ਉਮਰ ਸਿੱਧੂ ਮੂਸੇਵਾਲੇ ਦੇ ਵੀ ਗਾਣੇ ਸੁਣੇ ਜਾਣਗੇ ਪਰ ਜੋ ਕੁਛ ਕੀਤਾ ਕਾਤਲਾਂ ਨੇ ਬੜਾ ਮਾੜਾ ਕੀਤਾ ਹੈ ਉਦੋਂ ਕਿਸੇ ਨੇ ਲੋਕਾਂ ਨੇ ਖਾੜਕੂਆਂ ਦਾ ਨਾਮ ਲੈ ਦਿੱਤਾ ਸੀ ਵੀ ਖਾੜਕੂਆਂ ਨੇ ਚਮਕੀਲੇ ਦੇ ਗੋਲੀ ਮਾਰ ਦਿੱਤੀ ਅੱਜ ਲੋਕਾਂ ਨੇ ਕਹਿ ਦਿੱਤਾ ਕਿ ਗੈਂਗਸਟਰਾਂ ਨੇ ਗੋਲੀ ਮਾਰ ਦਿੱਤੀ ਸਿੱਧੂ ਮੂਸੇਵਾਲੇ ਦੀ ਪਰ ਲੋਕਾਂ ਨੂੰ ਕਿਤੇ ਨਾ ਕਿਤੇ ਸਮਝਣਾ ਪੈਣਾ ਵੀ ਇਸ ਤਰ੍ਹਾਂ ਮਾਰ ਕੇ ਲੋਕਾਂ ਦਾ ਕੋਈ ਹੱਲ ਨਹੀਂ ਹੁੰਦਾ ਪਲੀਜ਼ ਲੋਕਾਂ ਦੀ ਕਿਸੇ ਦੀ ਜਾਨ ਲੈਣਾ ਰੱਬ ਦੇ ਹੱਥ ਵਿੱਚ ਆ ਪਰ ਇਹ ਕੰਮ ਲੋਕਾਂ ਨੂੰ ਨਹੀਂ ਕਰਨੇ ਚਾਹੀਦੇ ਰੱਬ ਦੇ ਹੱਥ ਹੀ ਚੀਜ਼ਾਂ ਚਾਹੀਦੀਆਂ ਨੇ ਨਾ ਕਿ ਲੋਕਾਂ ਨੂੰ ਆਪਣੇ ਹੱਥ ਵਿੱਚ ਲੈਣੀਆਂ ਚਾਹੀਦੀਆਂ ਪਰ ਸ਼ਾਂਤੀ ਬਣੀ ਰੱਖੇ ਪਰਮਾਤਮਾ ਉਸ ਪਰਿਵਾਰ ਨੂੰ ਮਾਂ ਪਿਓ ਨੂੰ ਰੱਬ ਭਾਣਾ ਬੱਲਾਂ ਦਾ ਬਲ ਬਖਸ਼ੇ ਪਰ ਬਹੁਤ ਔਖਾ ਹੈ ਮਾਂ ਦੇ ਲਈ ਬਹੁਤ ਜ਼ਿਆਦਾ ਔਖਾ ਹੈ ਮਾਂ ਦੇ ਲਈ ਮਿਹਰਬਾਨੀ ਭੈਣ ਜੀ ਤੁਸੀਂ ਦੁੱਖ ਨੂੰ ਵੰਡਾਇਆ ਦੁੱਖ ਸਾਂਝਾ ਕੀਤਾ ਮਿਹਰਬਾਨੀ ਖਾਣਾ ਖਾਣ ਵਾਸਤੇ ਸਵੀਟ ਮਿਲ ਸੁੱਖਾ ਜੀ ਗਰਮੀ ਦੀ ਰੁੱਤ ਹੈ ਔਰ ਅੱਜ ਟੈਂਪਰੇਚਰ 3 ਡਿਗਰੀ ਕੱਲ੍ਹ ਨੂੰ 31 ਡਿਗਰੀ ਅੱਜ ਤਾਪਮਾਨ ਜਿਹੜਾ ਹੈ ਇਸ ਸਾਲ ਦਾ ਪਹਿਲੇ ਦਿਨ ਬੜਾ ਗਰਮ ਜਾਵੇਗਾ ਗਰਮੀ ਹੋਵੇਗੀ ਬਹੁਤ ਜ਼ਿਆਦਾ ਅੱਤ ਦੀ ਔਰ 30 ਡਿਗਰੀ ਕੱਲ੍ਹ ਨੂੰ 31 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ ਟੈਂਪਰੇਚਰ 2 ਦਿਨ ਬਹੁਤ ਜ਼ਿਆਦਾ ਹੈ ਔਰ ਆਪਣੇ ਏਸੀ ਵਗੈਰਾ ਔਨ ਕਰ ਲਓ ਅਤੇ ਜਿਹੜੇ ਹਾਰਟ ਦੇ ਪੇਸ਼ੈਂਟ ਨੇ ਉਹ ਵੈਟ ਟਾਵਲ ਅਤੇ ਪਾਣੀ ਆਪਣੇ ਨਾਲ ਰੱਖਣ ਦੀ ਕੋਸ਼ਿਸ਼ ਕਰਨ ਅਤੇ ਦੁਪਹਿਰ ਨੂੰ ਬਿਲਕੁਲ ਵਾਕ ਨਾ ਕੀਤੀ ਜਾਵੇ ਬੱਚਿਆਂ ਨੂੰ ਬਾਹਰ ਨਾ ਲੈ ਕੇ ਜਾਓ ਔਰ ਗਰਮੀ 30-31 ਡਿਗਰੀ ਟੈਂਪਰੇਚਰ ਇਸ ਸੀਜ਼ਨ ਦਾ ਇਹ ਪਹਿਲਾ ਮੌਕਾ ਹੈ ਪਹਿਲਾ ਦਿਨ ਹੈ ਤੁਸੀਂ ਜ਼ਿਆਦਾ ਗਰਮੀ ਮਹਿਸੂਸ ਕਰੋਗੇ ਆਪਣੇ ਆਪ ਨੂੰ ਸੇਫ ਰੱਖੋ ਅਤੇ ਸਵੀਟ ਮਹਿਲ 'ਤੇ ਤੁਸੀਂ ਜਾ ਸਕਦੇ ਹੋ ਹਾਂਜੀ ਖਾਣਾ ਖਾਣ ਲਈ ਅਤੇ ਬੁੱਕ ਕਰਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਔਰ ਇਸ ਦਾ ਡਿਪੂ ਦਾ ਨੰਬਰ ਨੋਟ ਕਰੋ ਜੋ ਰਸਤੇ ਕਰਾਉਂਦੇ ਨੇ 905-488-1166 ਸੋਨੀ ਸ਼ਾਪਿੰਗ ਵਾਲੀ ਮਹਿੰਦਰਾ ਜੀ ਦੇ ਕਰਜ਼ਾ ਮਾਫ਼ ਕਰਾਉਣ ਦੇ ਵਾਸਤੇ ਕਰਜ਼ਾ ਮਾਫ਼ ਕਰਾਉਣ ਦੇ ਵਾਸਤੇ ਇੱਕੋ ਇੱਕ ਨਾਮ ਊੜਾ ਡੈਪਸ਼ਨ 888-888-99 ਚੱਲ ਜੋ ਪੈਸੇ ਬਾਅਦ ਵਿੱਚ ਚਾਰਜ ਕਰਦੇ ਨੇ ਕੈਨੇਡਾ ਅਮਰੀਕਾ ਦੇ ਵਿੱਚ ਕਰਜ਼ੇ ਨਾ ਭਰੇ ਪਏ ਲੋਕ ਜਿਹੜੇ ਨੇ ਕਰਜ਼ਾ ਉਤਾਰਨ ਲਈ ਜੀ ਹਾਂ ਨੰਬਰ 2 ਕਾਲਰ ਮਾਮਾ ਜੀ ਲਾਈਨ ਤੇ ਹੋ ਜੀ ਜੀ ਆਪਣੇ ਬਾਸੀ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਸੀਂ ਦਾ ਮੀਡੀਆ ਦੇ ਵਿੱਚ ਬਹੁਤ ਵੱਡਾ ਇੱਕ ਨਾਮ ਹੈ ਜੀ ਮੇਰੀ ਇੱਕ ਰਿਕੁਐਸਟ ਹੈ ਕਿ ਬਾਸੀ ਸਾਹਿਬ ਪੰਜਾਬ ਦੇ ਵਿੱਚ ਜਿਸ ਵੇਲੇ ਕਿਸੇ ਦੇ ਧੀ ਪੁੱਤ ਨਾਲ ਜੋ ਵਟਰਦਾ ਵਾ ਉਹ ਕਹਿ ਦਿੱਤਾ ਜਾਂਦਾ ਹੈ ਕਿ ਆਪਣੇ ਪੱਲੋਂ ਇਹ ਕਿ ਸਰਕਾਰਾਂ ਉਚਾਰ ਦਿੰਦੇ ਨੇ ਕਿ ਕੈਨੇਡਾ ਦੇ ਵਿੱਚ ਗੈਂਗਸਟਰ ਬੈਠੇ ਹੁਣ ਸਵਾਲ ਇਹ ਹੈ ਕਿ ਤੁਸੀਂ ਵੀ ਇੱਕ ਇੱਥੇ ਦੀ ਸਰਕਾਰ ਨੂੰ ਇੱਕ ਝੰਝੂੜ ਸਕਦੇ ਗੈਂਗਸਟਰ ਪਤਾ ਨਹੀਂ ਕਿ ਕਿੱਥੇ ਬੈਠੇ ਹਨ ਲੇਕਿਨ ਨਾ ਕੈਨੇਡਾ ਦਾ ਇੱਕ ਲੈ ਦਿੱਤਾ ਜਾਂਦਾ ਵੈ ਹੁਣ ਇੱਕ ਉਸ ਮਾਂ ਬਾਪ ਕੋਲੋਂ ਪੁੱਛੋ ਜਿਹਨਾਂ ਦਾ ਇੱਕ ਪੁੱਤ ਇੱਕ ਚਲਾ ਗਿਆ ਔਰ ਪੰਜਾਬ ਦੇ ਵਿੱਚ ਵਿਚਾਰਾ ਹੈ ਕਿ ਇਸਨੇ ਉਹ ਪਰਿਵਾਰ ਦਾ ਵੀ ਕੋਈ ਹੈਲਪ ਕਰਦਾ ਸੀ ਕੋਈ 100-200 ਪਰਿਵਾਰ ਸੀ ਹੁਣ ਉਹ ਵੀ ਇਹ ਕਿ ਵਿਚਾਰੇ ਆਪਣੇ ਰੋਡ ਦੇ ਉੱਪਰ ਆ ਗਏ ਉਹਨਾਂ ਦੀ ਇੱਕ ਹੈਲਪ ਕਰਦਾ ਆ ਤੇ ਤੁਸੀਂ ਇੱਕ ਬਹੁਤ ਇੱਕ ਦਰਦੇ ਦਿਲ ਇਨਸਾਨ ਹੋ ਤੇ ਕਿ ਪਲੀਜ਼ ਆਪਣੇ ਇਹ ਇੱਥੇ ਦੀ ਸਰਕਾਰ ਕੋਲ ਤੋਂ ਇੱਕ ਝੰਜੂੜੋ ਕਿ ਹਾਂ ਬਈ ਜਿਸ ਵੇਲੇ ਕਿ ਪੰਜਾਬ ਦੇ ਵਿੱਚ ਇੱਕ ਕਹਾਣ ਕੋਈ ਹੁੰਦਾ ਹੈ ਕਿ ਝਾੜ ਦਿੱਤੇ ਜਾਂਦੀ ਉੱਥੇ ਸਰਕਾਰ ਆਪਣੇ ਆਪ ਤੋਂ ਬਈ ਇਹ ਕਿ ਸਾਡੇ ਅਸਾਂ ਦੇ ਪੱਲੇ ਨੂੰ ਇੱਕ ਜੋ ਹੈ ਨਾ ਮਗਰੂ ਲੈ ਜੇ ਕੰਮ ਔਰ ਇੱਕ ਕੈਨੇਡਾ ਦੇ ਪ੍ਰਪਾ ਛੋੜਿਓ ਗੈਂਗਸਟਰ ਉੱਥੇ ਬੈਠੇ ਨੇ ਕੈਨੇਡਾ ਦੇ ਵਿੱਚ ਔਰ ਦੂਸਰਾ ਇਹ ਹੈ ਦੇਖੋ ਇਹ ਬੜੀ ਵੱਡੀ ਇੱਕ ਮੰਦਭਾਗੀ ਆਪਣੇ ਅਫਸੋਸ ਸਾਹਿਬ ਹੈ ਕਿ ਇੰਡੀਆ ਦੇ ਵਿੱਚ ਦੂਸਰੇ ਪਾਸੇ ਜੋ ਵੀ ਸਿੰਗਰ ਅਗਰ ਬੈਠੇ ਨੇ ਉਹ ਕਹਿੰਦੇ ਨੇ ਕਿ ਅਸੀਂ ਸੁਰੱਖਿਅਤ ਹਾਂ ਔਰ ਪੰਜਾਬ ਦੇ ਵਿੱਚ ਕਿਉਂ ਨਹੀਂ ਹੈ ਚਾਹੇ ਦੇਖੋ ਕੋਈ ਕਬੱਡੀ ਦਾ ਪਲੇਅਰ ਹੈ ਕੋਈ ਸਿੰਗਰ ਹੈ ਕੋਈ ਗਾਇਕ ਆਪਣੇ ਕੋਈ ਫਿਲਮਾਂ ਦੇ ਵਿੱਚ ਕੰਮ ਕਰਨ ਵਾਲਾ ਕੋਈ ਮੀਡੀਆ ਦੇ ਵਿੱਚ ਆਪਣੇ ਵਿਚਾਰਾ ਕੋਈ ਹੈ ਔਰ ਉਹ ਆਪਣੇ ਆਪ ਨੂੰ ਇੱਕ ਅਨਸੇਫ ਜਿਹੜਾ ਸਮਝੇਗਾ ਤਾਂ ਫਿਰ ਆਵਾਜ਼ਾਂ ਹੈ ਕਿ ਉੱਠਣਗੀਆਂ ਕਿ ਚਾਹੇ ਕੋਈ ਮੌਜੂਦਾ ਸਰਕਾਰ ਹੈ ਜੀ ਤੇ ਫਿਰ ਇਸ ਨਾਲ ਤਾਂ ਇਹ ਕਿ ਬਾਸੀ ਸਾਹਿਬ ਜੋ ਪਿਛਲੀਆਂ ਸਰਕਾਰਾਂ ਹੀ ਆ ਉਹਦੇ ਵਿੱਚ ਇਹਨਾਂ ਲੋਕਾਂ ਦਾ ਕੋਈ ਨੀ ਕੋਈ ਹੋਇਆ ਕਾਣ ਜਿਹੜਾ ਇਹ ਮਰਡਰ ਦੀ ਗੱਲ ਕੀਤੀ ਆ ਇਹ ਕਿਸੇ ਸਰਕਾਰ ਨੇ ਇਨਵੈਸਟੀਗੇਸ਼ਨ ਕੀਤੀ ਕਿ ਪੁਲਿਸ ਨੇ ਕਿਸੇ ਅਥਾਰਟੀ ਨੇ ਕਿ ਇਹ ਜਿਹੜੇ ਆ ਉਹ ਕੈਨੇਡਾ 'ਚ ਬੈਠੇ ਲੋਕਾਂ ਨਾਲ ਕੀਤਾ ਆ ਇਹ ਕਹਿੰਦੇ ਕਿ ਪੋਸਟ ਪਾਈ ਆ ਉਸ ਵਿਅਕਤੀ ਨੇ ਉਹਨੇ ਪਾਇਆ ਆ ਕੈਨੇਡਾ 'ਚ ਬੈਠੇ ਨੇ ਕਿ ਮੈਂ ਇਹ ਕੀਤਾ ਆ ਉਹਨੇ ਆਪ ਕਲੇਮ ਕੀਤਾ ਹਾਂਜੀ ਜੇ ਅਗਰ ਉਹਨੇ ਕਲੇਮ ਕੀਤਾ ਤਾਂ ਫਿਰ ਉਹ ਬਾਸੀ ਸਾਹਿਬ ਇਹ ਕਿ ਇੱਥੇ ਦੀ ਸਰਕਾਰ ਪੂਰੀ ਤਹਿ ਤਾਂ ਜਾਗ ਜਾਏ ਨਾ ਇਹ ਤਾਂ ਪ੍ਰੋਬਲਮ ਹੈ ਇਹ ਤਾਂ ਪ੍ਰੋਬਲਮ ਹੈ ਕਿ ਬਹੁਤ ਸਾਰੇ ਕੇਸ ਜਿਹੜੇ ਆ ਇੱਥੇ ਜਿਹੜੇ ਹੈ ਬੈਠੇ ਹੱਲ ਨਹੀਂ ਹੋ ਰਹੇ ਇਹੀ ਕਾਰਨ ਹੈ ਕਿ ਅਸੀਂ ਕਹਿੰਦੇ ਕਿ ਤੁਸੀਂ ਦੇਸ਼ ਬੈਠੇ ਵਿਦੇਸ਼ ਬੈਠੇ
आफ्टर अपने देश दे विच तुसी जिस जन्म लिया है तुसी उस वास्ते क्यों कड़त रखते हो क्यों तुसी डिस्टर्ब कर दे हो हुण फैमिली कल्ली डिस्टर्ब नहीं हुए सारा सिस्टम डिस्टर्ब होया सब पंजाबी डिस्टर्ब होए ने सब इहदे किन्ने मिलियन फैंस डिस्टर्ब होए ने नॉट ओनली इंडियन नॉन इंडियन कई ਨੰਬਰਸ ਆਫ ਵੱਡੀ ਗਿਣਤੀ ਵਿੱਚ ਮਿਲੀਅਨਸ ਲੋਕ ਜਿਹੜੇ ਨੇ ਬਾਹਰ ਜਿਨ੍ਹਾਂ ਨੇ ਜਨਮ ਹੋਇਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਪੁਰਤਗੀਜ਼ ਇੰਗਲੈਂਡ ਕਿੱਥੇ ਕਿੱਥੇ ਜਨਮ ਹੋਇਆ ਉਹ ਲੋਕ ਜਿਹੜੇ ਦੇ ਫੈਨ ਨੇ ਔਰ ਉਹਨਾਂ ਨੂੰ ਬੜਾ ਦੁੱਖ ਹੋਇਆ ਇਹ ਦੁੱਖ ਕਿਉਂ ਹੋਇਆ ਸਾਹਿਬ ਦੇਖੋ ਫੈਨ ਫਿਰ ਇੱਕ ਫੈਨ ਫੈਲਰ ਇੱਕ ਜਿਹਨਾਂ ਪਾਕਿਸਤਾਨ ਫੈਨ ਫੈਲਰ ਇੱਕ ਤੁਸਾਂ ਦੇ ਪਾਕਿਸਤਾਨ ਦੇ ਵਿੱਚ ਵੀ ਨੇ ਤੁਹਾਡਾ ਮੀਡੀਆ ਤੁਹਾਡਾ ਚੈਨਲ ਇੱਕ ਉੱਥੇ ਵੀ ਸੁਣਿਆ ਜਾਂਦਾ ਵੈ ਔਰ ਯਕੀਨ ਤਾਂ ਹੀ ਮੈਂ ਕਾਲ ਕੀਤੀ ਹੈ ਕਿ ਤੁਸੀਂ ਇੱਕ ਸਿਰ ਕੱਢੋ ਤੁਸੀਂ ਕਿ ਆਵਾਜ਼ ਉਠਾ ਸਕਦੇ ਤੁਹਾਡੀ ਤੁਸੀਂ ਇੱਕ ਝੰਜੂਰ ਸਕਦੇ ਤੁਸੀਂ ਹਲਾ ਸਕਦੇ ਹੋ ਕਿ ਇੱਥੇ ਦੇ ਸਿਸਟਮ ਨੂੰ ਇੱਥੇ ਦੇ ਜੋ ਸੁੱਤੇ ਨੇ ਜੋ ਸਰਕਾਰਾਂ ਦੇ ਵਿੱਚ ਇੱਕ ਸੁੱਤੇ ਨੇ ਬਈ ਇਹ ਕਿ ਆਪਣੇ ਉਹਨਾਂ ਨੂੰ ਬਈ ਇਹ ਕਿ ਆਪਣੇ ਉਹ ਕੁਛ ਨਹੀਂ ਆਪਣੇ ਇਹਨਾਂ ਦਾ ਗੈਂਗਸਟਰਾਂ ਦਾ ਹੋ ਸਕੇਗਾ ਤੁਸੀਂ ਹਲਾ ਕੇ ਰੱਖ ਦਿਓਗੇ ਅਸਾਂ ਆਲਰੇਡੀ ਆਈ ਮੈਂਸ਼ਨ ਸਮ ਟਾਈਮਸ ਇਟ ਇਸ ਐਮਪੀਸ ਨੇ ਇੱਥੇ ਸਮੋਸੇ ਕਾ ਕੇ ਘਰਾੜੇ ਮਾਰਦੇ ਨੇ ਆਈ ਸੈਡ ਦੈਟ ਸਮ ਟਾਈਮਸ ਆਈ ਸੈਡ ਜੀ 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 ਮੇਰੇ ਪਾਸ ਜਾਨ ਮੈਂ ਕਹਿ ਸਕਦਾ ਇੱਥੇ ਕੁਝ ਐਮਪੀਸ ਇਹੋ ਜਿਹੇ ਨਲਾਇਕ ਬਣੇ ਹੋਏ ਨੇ ਇਸ ਸਰਕਾਰ ਦੇ ਵਿੱਚ ਨੇ ਜਿਹੜੇ ਕਿ ਸਮੋਸੇ ਖਾਂਦੇ ਸੌ ਜਾਂਦੇ ਨੇ ਘਰਾੜੇ ਮਾਰਦੇ ਨੇ ਖੂਬ ਸਾਰੇ ਲੈਂਦੇ ਨੇ ਟੈਕਸ ਦੀ ਪਈ ਕੰਮ ਨਹੀਂ ਕਰਦੇ ਔਰ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਨਹੀਂ ਹੁੰਦੇ ਜਦ ਕਿ ਇਹਨਾਂ ਦਾ ਕੰਮ ਹੈ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਲੋਕਾਂ ਦੀ ਮਦਦ ਕਰਨਾ ਜਿਹੜੇ ਕਿ ਨਹੀਂ ਕਰਦੇ ਔਰ ਝੂਠ ਬੋਲਦੇ ਨੇ ਔਰ ਅੱਜ ਕੀ ਜਿਸ ਦੇਸ਼ ਦਾ ਪ੍ਰਾਈਮ ਮਿਨਿਸਟਰ ਕਿੰਨੀ ਵਾਰੀ ਅਪੋਲੋਜੀ ਕਰ ਚੁੱਕਾ ਹੋਵੇ ਗਲਤੀ ਮੰਗ ਚੁੱਕਾ ਹੋਵੇ ਮਤਲਬ ਤੁਸੀਂ ਕੀ ਐਕਸਪੈਕਟ ਕਰਦੇ ਹੋ ਕਾਣ ਹੁੰਦਾ ਤੇ ਇਸੇ ਤਰ੍ਹਾਂ ਕਿ ਤੁਸੀਂ ਆਪਣੇ ਜੀਦਾਰੀ ਦੇ ਨਾਲ ਇੱਕ ਸਟੈਂਡ ਲਵੋਗੇ ਤੇ ਇਨਸ਼ਾਅੱਲਾ ਉੱਥੇ ਕਿ ਆਮ ਵਿਅਕਤੀ ਦੇ ਨਾਲ ਇੱਕ ਜ਼ਿਆਦਤੀ ਹੋ ਰਹੀ ਹੈ ਬਹੁਤ ਬਹੁਤ ਸ਼ੁਕਰੀਆ ਅੱਛਾ ਲੱਗੇ ਤੁਸੀਂ ਇਸ ਦੁੱਖ ਦੇ ਵਿੱਚ ਸ਼ਰੀਕ ਹੋਇਓ ਨੈਕਸਟ ਕਾਲ ਪੀਸ ਨੰਬਰ 1 ਕਾਲਰ ਬਸੀ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਬਸ ਭਾਈ ਬਹੁਤ ਦੁੱਖ ਹੋਇਆ ਯਾਰ ਬਹੁਤ ਦੁੱਖ ਜਵਾਨ ਪੁੱਤ ਮਾਂ ਬਾਪ ਤੋਂ ਖੋਲਿਆ ਬਹੁਤ ਜ਼ਿਆਦਾ ਦੁੱਖ ਹੋਇਆ ਬਸੀ ਭਾਜੀ ਇਹਨਾਂ ਨੇ ਗਾਣਾ ਕੱਢਿਆ ਸੀ 295 ਬਹੁਤ ਸੱਚ ਬੋਲਿਆ ਸੀ ਉਹਦੇ 'ਚ ਤੁਸੀਂ ਇੱਕ ਗੱਲ ਨੋਟ ਕੀਤੀ ਬਾਸੀ ਭਾਜੀ ਇਹਨੂੰ ਜਦੋਂ ਮਾਰਿਓ ਵੀ 295 ਬਣਾਏ ਨੇ 29.5 ਸੇਮ ਡੇਟ ਬਾਸੀ ਭਾਜੀ ਸੇਮ ਡੇਟ ਇਹਨਾਂ ਨੇ 295 ਬਣਾ ਦਿੱਤਾ ਹੁਣ ਵਿਚਾਰੇ ਨੂੰ ਬਹੁਤ ਦੁੱਖ ਹੋਇਆ ਬਾਸੀ ਭਾਜੀ ਸੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਗੱਲਾਂ ਵਿੱਚੋਂ ਗੱਲਾਂ ਕਰਦੇ ਕਰਦੇ ਕੁਛ ਨਾ ਕੁਛ ਜ਼ਰੂਰ ਅਸੀਂ ਅਚੀਵ ਕਰਦੇ ਹਾਂ ਸੋ ਅੱਜ ਜਿਹੜੀ ਤੁਸੀਂ ਗੱਲ ਦੱਸੀ ਹੈ 295 ਗਾਣਾ ਤੇ 295 ਇਟ ਮੀਨ ਸਮਥਿੰਗ ਹਾਂਜੀ ਪਲਾਨ ਹੈ ਬਾਸੀ ਭਾਜੀ 29.5 ਨੂੰ ਮਾਰਿਆ 295 ਗਾਣਾ ਕੱਢਿਆ ਸੀ ਉਹਨੇ ਸੱਚ ਬੋਲਿਆ ਸੀਗਾ ਬਹੁਤ ਕੁਛ ਬੋਲਿਆ ਸੀ ਸੱਚ ਉਹੀ ਗੀਤ ਵਿੱਚ ਗਾਇਡ ਅਸੀਂ ਪੇਸ਼ ਕੀਤਾ ਸੀ ਸਾਹਿਬ ਆਪਣੀ ਨਹੀਂ ਇਹ ਆਪਾਂ ਜਿਹੜਾ ਲਵ ਸਿੱਖ ਗਾਣਾ ਲਾਇਆ ਜੀ ਜਿਹੜਾ 295 ਦੇ ਵਿੱਚ ਜੀ ਚ ਇਹਨੇ ਕਿਹਾ ਸੀ ਕਿ ਵੀ ਜੇ ਧਾਰਮਿਕ ਭਾਵਨਾਵਾਂ ਵਾਲਾ ਗਾਣਾ ਸੀ ਜਾਂ ਕੋਈ ਦੇ ਸੱਚ ਬੋਲੋਗੇ ਤਾਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲਾ ਜਿਹੜਾ 295 ਦਾ ਕੇਸ ਹੁੰਦਾ ਤੁਹਾਡੇ ਤੋਂ ਉਹ ਬਣਾ ਦਿੱਤਾ ਜਾਂਦਾ ਉਹ ਵੀ ਲਾਉਣਾ ਜੀ ਬਾਸੀ ਸਾਹਿਬ ਸੋ ਇਹਨਾਂ ਕਹਿਣ ਭਾਵੇ ਕਿ 29.5 ਬਿਲਕੁਲ ਜੀ ਕੱਲ੍ਹ ਦਾ ਹੀ ਕਾਫ਼ੀ ਜ਼ਿਆਦਾ ਰੌਲਾ ਬਾਸੀ ਸਾਹਿਬ ਇਸ ਗੱਲ ਦਾ ਹੀ ਪਿਆ ਦਿਮਾਗ ਮੇਰਾ ਤਾਂ ਖੁਦ ਦਾ ਬੰਦ ਹੋਇਆ ਪਿਆ ਵੀ ਹੋਈ ਕੀ ਜਾਂਦਾ ਜੀ ਵੀ ਕਿਵੇਂ ਹੋ ਸਕਦਾ ਜੀ ਸਾਡੀ ਆਪਦੀ ਉਮਰ ਦਾ ਮੁੰਡਾ ਸੀ ਬਹਿ ਕੇ ਉਹਦੇ ਨਾਲ ਗੱਲਾਂ ਬਾਤਾਂ ਇੱਥੇ ਕੀਤੀਆਂ ਜੀ ਅਤੇ ਸਾਨੂੰ ਜਿਹੜਾ ਮਿਲਦਾ ਹੁੰਦਾ ਸੀ ਸਾਡੇ ਘਰਾਂ ਕੋਲ ਆਉਂਦੇ ਜਾਂਦੇ ਰਹਿੰਦੇ ਸੀ ਅਸੀਂ ਉਹ ਸਾਰੇ ਸਰਕਲ 'ਚ ਵਿਚਰੇ ਹਾਂ ਜੀ ਅਤੇ ਕਿਵੇਂ ਮੰਨ ਲਿਆ ਜਾਂਦਾ ਕਿ ਜਿਹੜਾ ਸਾਡੇ ਨਾਲ ਬੰਦਾ ਹੱਸ ਕੇ ਬੋਲਦਾ ਹੁੰਦਾ ਸੀ ਅਤੇ ਉਹ ਬੰਦਾ ਨਹੀਂ ਰਿਹਾ ਨਹੀਂ ਰਿਹਾ ਵੀ ਕਿਵੇਂ ਕਿ ਐਡੀ ਵੱਡੀ ਟ੍ਰੈਜਡੀ ਹੋ ਗਈ ਜੀ ਵੈਰੀ ਸੈਡ ਪਰਸੀ ਨੈਕਸਟ ਕਾਲ ਨੈਕਸਟ ਕਾਲ ਪਲੀਜ਼ ਹਾਂਜੀ ਨੰਬਰ 6 ਕਾਲਰ ਆਪਣੇ ਜਿਹੜੇ ਕੈਨੇਡਾ ਦੇ ਗੈਂਗਸਟਰ ਆ ਤੁਹਾਨੂੰ ਬਹੁਤ MLA MP ਜਾਣਦੇ ਹੋਊਗੇ ਇਹਨਾਂ ਤੇ ਮੱਤ ਪਾਓ ਤੁਸੀਂ ਪਲੀਜ਼ ਇਹ ਜਿਹੜੇ ਫੰਡਿੰਗ ਕਰਦੇ ਇੰਡੀਆ ਦੇ ਵਿੱਚ ਇਹਨਾਂ ਨੂੰ ਗੁਰਗਿਆ ਨੇ ਇਹਨਾਂ ਦੇ ਇਹਨਾਂ ਦੀ ਰੋਕ ਲਾਓ ਤੁਸੀਂ ਕਿੱਦਾਂ ਨਾ ਕਿੱਦਾਂ ਇਹਨਾਂ ਦੀ ਮਨੀ ਲੌਂਡਰਿੰਗ ਨਾ ਹੋਵੇ ਕੁਛ ਨਾ ਹੋਵੇ ਜਿਹੜਾ ਵੀ ਇਹ ਏਦਾਂ ਦੇ ਕਾਂਡ ਕਰਨ ਇਹਨਾਂ ਕੋਲ ਕਿੱਥੋਂ ਹਥਿਆਰ ਆ ਸਕਦੇ ਇਹ ਭੁੱਖੇ ਮਰੇ ਤਾਂ ਮਰਦੇ ਆ ਉੱਥੇ ਗੱਡੀਆਂ ਚੋਰੀ ਦੀਆਂ ਕਰਦੇ ਆ ਨੰਬਰ ਪਲੇਟ ਆ ਇਹ ਡੁਪਲੀਕੇਟ ਲਾਉਂਦੇ ਆ ਤੁਸੀਂ ਪਲੀਜ਼ ਇਹਨਾਂ ਤੇ ਨੱਥ ਪਾ ਕੇ ਪਰ ਮੈਨੂੰ ਇੰਨਾ ਦੁੱਖ ਆ ਉਹਨਾਂ ਦੇ ਮਾਂ ਬਾਪ ਦੇ ਨਾਲ ਇੰਨੀ ਸੰਪਤੀ ਆ ਇੰਨਾ ਉਹ ਵੱਡਾ ਮਹਿਲ ਬਣਾ ਗਿਆ ਇੰਨੀਆਂ ਗੈਰਾਜਾਂ ਬਣਾ ਗਿਆ ਆਪਦੀ ਗੱਡੀ ਲਈ ਉਹਨੇ ਇਹ ਥੋੜੀ ਸੋਚਿਆ ਹੋਊਗਾ ਕਿ ਮੈਂ ਰੋਡ ਤੇ 4 ਕਿਲੋਮੀਟਰ ਜਾਣਾ ਮੈਂ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਜਾਣਾ
ਤੁਸੀਂ ਵੀ ਗਏ ਆ, ਮੈਂ ਵੀ ਦੁਆਬੇ ਤੋਂ ਹੀ ਹਾਂ, ਤੁਸੀਂ ਵੀ ਜਾਂਦੇ ਹੋਵੋਗੇ, ਸਾਡੀ ਸਿੰਗਲ ਰੋਡ ਹੁੰਦੀ ਹੈ, ਸਾਨੂੰ ਆ ਕੇ ਇੱਕ ਗੱਡੀ ਮੋਹਰੋਂ ਆ ਜਾਵੇ, ਪਿੱਛੋਂ ਆ ਕੇ ਤੁਹਾਡੇ ਗੋਲੀਆਂ ਮਾਰ ਜਾਵੇ, ਕਿੰਨਾ ਇਹਦਾ ਮਾੜੀ ਗੱਲ ਆ ਜੀ। ਬਸ ਇੰਨੀ ਮਾੜੀ ਗੱਲ ਐਂਡ ਹੋਇਆ ਕਿਉਂਕਿ ਜਿਹੜੀ ਥਾਰ ਸੀ ਜੇ ਉਹਦੇ ਤੁਸੀਂ ਟਾਇਰ ਦੇਖੋ ਨਾ, ਤੇ ਉਹਦੇ ਭਾਵੇਂ ਟਾਇਰ ਪਾਟ ਗਏ ਸੀ ਤੇ ਫਿਰ ਵੀ ਉਹ ਇੰਨੀ ਜੱਬਰ ਗੱਡੀ ਹੁੰਦੀ ਹੈ ਤੇ ਜਿਹੜੇ ਹਿਸਾਬ ਨਾਲ ਟਾਇਰ ਸੀ ਉਹ ਫਲੈਟ ਰਨ ਹੋ ਜਾਣੇ ਸੀਗੇ, ਪਰ ਪਲੈਨਿੰਗ ਇਹ ਸੀ ਬਾਸੀ ਸਾਹਿਬ ਅੱਗੋਂ ਵੀ ਗੱਡੀ ਲਾ ਕੇ ਬਲੌਕ ਹੋਇਆ, ਪਿੱਛੋਂ ਵੀ ਬਲੌਕ ਕਰ ਲਿਆ, ਗੱਡੀ ਨੂੰ ਮਿਲਣ ਦਾ ਮੌਕਾ ਹੀ ਨਹੀਂ, ਫਲੈਟ ਰਨ ਵੀ ਕੀ ਕਰਦੀ ਉੱਥੇ, ਫਲੈਟ ਰਨ ਵੀ ਕੀ ਕਰਦੀ। ਹੁਣ ਟੰਡਰੀਆ ਵਾਲੇ ਤੇ ਹਮਲਾ ਹੋਇਆ ਸੀਗਾ ਜੀ, ਕਹਿੰਦੇ 28 ਕਿਲੋਮੀਟਰ ਲੈਂਡ ਕਰੂਜ਼ਰ ਭੱਜੀ ਸੀ ਉਹਦੇ ਕੋਲ, ਉਹ ਖੜੀ ਸੀ। ਚਲੋ ਉਹਦਾ ਮਾੜਾ ਟਾਈਮ ਆਪਾਂ ਮੰਨ ਸਕਦੇ ਹਾਂ ਵੀ ਨਹੀਂ ਉਹਨੂੰ ਚਾਬੀ ਮਿਲੀ ਜਾਂ ਡਰਾਈਵਰ ਨੂੰ ਉਹ ਘਰੇ ਛੱਡ ਕੇ ਆਇਆ, ਜੋ ਆਪਾਂ ਨਿਊਜ਼ ਸੁਣਦੇ ਪਏ ਹਾਂ ਹੁਣ, ਹਨਾ ਵੀ ਉਹਨੂੰ ਡਰਾਈਵਰ ਨੂੰ ਪਿੰਡ ਦਾ ਹੀ ਸੀ, ਚਾਰ ਬੰਦੇ ਉਹਨਾਂ ਕੋਲ, ਸਾਰਿਆਂ ਕੋਲ ਅਸਲਾ ਸੀ, ਪਰ ਉਹਨਾਂ ਨੇ ਚਲਾਉਣ ਦਾ ਮੌਕਾ ਨਹੀਂ ਦਿੱਤਾ ਕਿਉਂਕਿ ਫੀਲਡਿੰਗ ਇੰਨੀ ਵਧੀਆ ਲੱਗੀ ਹੋਈ ਸੀ ਉਹਨਾਂ ਦੀ, ਮੋਹਰੋਂ ਲਾ ਤਾ ਪਿੱਛੋਂ ਲਾ ਤੀ ਗੱਡੀ ਉਹਨੂੰ, ਪਰ ਸਿੱਧੂ ਨੇ ਮੁਕਾਬਲਾ ਕੀਤਾ ਉਹਦਾ, ਜਿੱਦਾਂ ਮੈਂ ਸੁਣਦਾ ਪਿਆ ਹੁਣ ਇੱਥੇ ਬੈਠਾ ਵੀ ਉਹਨੇ ਵੀ ਫਾਇਰ ਕੱਢੇ ਆ ਮੋਹਰਿਓ, ਵੀ ਉਹ ਉਂਗ ਨੀ ਮਰਿਆ, ਉਹਨੇ ਵੀ ਫਾਇਰ ਕੱਢੇ ਆ ਮੋਹਰਿਓ, ਹਨਾ। ਪਰ ਮੋਹਰੇ ਆ ਕੇ AK-47 ਕਿੱਥੋਂ ਆ ਗਈ ਉਹਨਾਂ ਕੋਲ, ਇਹ ਸਾਰੇ ਭਗਵੰਤ ਮਾਨ ਦਾ ਕੋਈ ਕਸੂਰ ਨੀ, ਮੈਂ ਕਹਿੰਦਾ ਉਹਨੂੰ 2 ਮਹੀਨੇ ਹੋਏ ਆ, ਉਹਨੇ ਬੰਦੇ ਮਗਰ ਲਾ ਤੇ ਆ, ਹੁਣ ਉੱਤਰਾਖੰਡ ਤੱਕ ਦੇਹਰਾਦੂਨ ਤੱਕ ਬੰਦੇ ਜਾ ਕੇ ਫੜ ਕੇ ਲਿਆਏ ਆ, ਸਾਰਾ ਕੁਛ ਹੋ ਜੂਗਾ। ਪਰ ਜਿਹੜਾ ਇਹ ਬਾਈ ਮਰਿਆ ਹਨਾ, ਮੈਂ ਇਹਦਾ ਇੰਨਾ ਫੈਨ ਨਹੀਂ ਸੀ ਸਿੱਧੂ ਦਾ, ਬਹੁਤ ਜ਼ਿਆਦਾ ਫੈਨ ਉਦੋਂ ਬਣਿਆ ਜਦੋਂ 295, ਪਰ ਸੁਣਦਾ ਇਹ ਤੇ ਸਾਰੇ ਗਾਣੇ ਸੀ ਮੈਂ, ਕਿਉਂਕਿ ਜਿਹੜਾ ਗਵਾਇਆ ਨਾ ਅਸੀਂ, ਜੇ ਕਹੀਏ ਇਕੱਲਾ ਇੱਕ ਸਿੰਗਰ ਨਹੀਂ ਗਵਾਇਆ, ਇੱਕ ਇਕੱਲਾ ਮਾਪਿਆਂ ਨੇ ਪੁੱਤ ਤਾਂ ਗਵਾਇਆ, ਪਰ ਉਹ ਇਹਨੂੰ ਇਸ ਤਰਾਸਦੀ ਨੂੰ ਆਪਾਂ ਆਏ ਨਾ ਕਾਊਂਟ ਕਰੀਏ ਕਿ ਮਾਪਿਆਂ ਨੇ ਇੱਕ ਪੁੱਤ ਗਵਾਇਆ ਜਾਂ ਚਾਹੁਣ ਵਾਲਿਆਂ ਨੇ ਇੱਕ ਆਪਦਾ ਮਤਲਬ ਕਿ ਗਵਾਲਿਆ, ਜਿਹੜਾ ਰੋਲ ਮਾਡਲ ਸੀ ਇੱਕ। ਬਾਸੀ ਸਾਹਿਬ ਜੇ ਨਵੇਂ ਗਾਇਕਾਂ ਦੀ ਜਾਂ ਨਵੀਂ ਗਾਇਕੀ ਦੀ ਗੱਲ ਕਰੀਏ, ਇੱਕ ਗੇਮ ਚੇਂਜਰ ਗਵਾਇਆ ਜੀ, ਕਿਉਂਕਿ ਇਹਦੇ ਗਾਣਿਆਂ ਤੋਂ ਪਹਿਲਾਂ ਸਹਾਰਾ ਲੈਣਾ ਪੈਂਦਾ ਹੁੰਦਾ ਸੀਗਾ ਕੁੜੀ ਦਾ, ਅਤੇ ਅੱਜ ਵੀ ਲੈ ਰਹੇ ਨੇ ਬਹੁਤੇ, ਅਤੇ ਬਾਅਦ ਚੋਂ ਕਹਿੰਦੇ ਨੇ ਇਹ ਤਾਂ ਆਪਦੀ ਮਹਿਬੂਬ ਨੂੰ ਕਹਿ ਰਿਹਾ ਮੈਂ, ਅਤੇ ਪਰ ਇਹ ਗੇਮ ਚੇਂਜਰ ਸੀ ਬੰਦਾ, ਇਹਨੇ ਅੱਜ ਤਾਈਂ ਕਿਸੇ ਕੁੜੀ ਕਤਰੀ ਦਾ ਸਹਾਰਾ ਨਹੀਂ ਲਿਆ, ਅਤੇ ਇਹਨੇ ਗਾਣਿਆਂ ਦੇ ਵਿੱਚ ਨੰਗੀਆਂ ਨਹੀਂ ਨਚਾਈਆਂ, ਸਿੱਧੀ ਪੰਜਾਬੀ 'ਚ ਜਿਹੜੀ ਗੱਲ ਹੈ। ਸੋ ਇਹ ਗੇਮ ਚੇਂਜਰ ਸੀ, ਨਵਾਂ ਮਿਊਜ਼ਿਕ ਨਵੇਂ ਪਾਸੇ ਨੂੰ ਲੈ ਗਿਆ, ਕਿਵੇਂ ਆਪਦਾ ਹਾਵ ਭਾਵ ਜੋ ਤੁਹਾਡੇ ਨਾਲ ਜੀ। ਬਸ ਜੀ ਸਾਹਿਬ, ਇੱਕ ਤੁਸੀਂ ਉਹ ਜਿਹੜੀ ਕਲਿੱਪ ਦਿਖਾਉਣੀ ਚਾਹੁੰਦੇ ਹੋ, ਕਈ ਸਿੰਗਰਾਂ ਦੀ, ਕਈ ਪੰਜਾਬੀ ਸਿੰਗਰਾਂ ਦੀ ਡੈਥ ਹੋਈ ਆ, ਪਰ ਕਦੇ ਬਾਲੀਵੁੱਡ ਵਾਲਿਆਂ ਨੇ ਇੰਨਾ ਪਿੱਛੇ ਬੈਕਅਪ ਨਹੀਂ ਕੀਤਾ, ਟਵੀਟ ਨਹੀਂ ਕੀਤੇ ਜਿੰਨੇ ਇਹਦੇ ਪਿੱਛੇ ਆਏ ਆ। ਮਿਹਰਬਾਨੀ ਜੀ, ਅਸੀਂ ਇੱਕ ਆਪਣਾ ਛੋਟਾ ਭਰਾ ਗਵਾ ਲਿਆ, ਛੋਟਾ ਭਰਾ ਗਵਾ ਲਿਆ, ਕਿਤੇ ਤੱਕ ਨਹੀਂ, ਇੱਕ ਸਲਮਾਨ ਖਾਨ ਦਾ ਰਹਿ ਗਿਆ, ਕਿਹਨੇ ਨਹੀਂ ਉਹਦੇ ਵਿੱਚ ਟਵੀਟ ਕੀਤਾ, ਕਿਉਂਕਿ ਉਹ ਬੰਦਾ ਚੰਗਾ ਸੀ। ਉਹਦੀ ਤੁਸੀਂ ਇੰਟਰਵਿਊ ਸੁਣ ਲਓ, ਡਾਊਨ ਟੂ ਅਰਥ ਸੀ ਉਹ, ਮੇ ਬੀ ਉਹ ਮਿਸ ਕਰ ਗਿਆ ਹੋਊਗਾ, ਸਾਡੇ ਨਾਲ ਕਦੇ ਨੀ ਬੈਠਿਆ, ਨਹੀਂ ਤਾਂ ਉਹ ਬੰਦਾ ਏਦਾਂ ਡਾਊਨ ਟੂ ਅਰਥ ਸੀ ਉਹ, ਹਰੇਕ ਬੰਦੇ ਨੇ ਮੁੱਖਬਰੀ ਵੀ ਦਿੱਤੀ ਹੈ ਜੀ। ਜੀ ਆਈ ਐਮ ਸੌਰੀ ਕਿ ਵੀ ਆਰ ਰਨਿੰਗ ਬਿਹਾਈਂਡ, ਤੁਹਾਡੇ ਦੁੱਖ ਦੇ ਵਿੱਚ ਹਾਂਜੀ ਪਾਰਟਿਸਪੇਟ। ਬਾਕੀ ਸਰ ਇੱਕ ਮਿੰਟ ਗਾਣਾ ਤਾਂ ਸੁਣਾ ਦਿਓ ਜੀ ਉਹਨਾਂ ਦਾ ਮੈਨੂੰ, ਚਲੋ ਆਲੂ ਗੁੱਡ ਬਾਏ ਕਹਿ ਦਿਓ ਤੁਸੀਂ, ਇੱਕ ਗਾਣਾ ਮਾੜਾ ਜਿਹਾ ਵਧੀਆ 295 ਸੁਣਾ ਦਿਓ ਸਰ ਸਾਹਿਬ, ਇੱਕ ਸੈਕਿੰਡ ਸੁਣ ਦਿਓ। ਔਰ ਇੰਡੀਅਨ ਵੀਜ਼ਾ ਹਾਊਸ, ਰਵਦੀਪ ਕੌਰ ਦੱਸ ਰਹੇ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਤਾਂ ਇੰਡੀਆ ਜਾਣ ਲਈ ਵੀਜ਼ਾ ਲਵਾਉਣਾ ਹੈ ਤਾਂ ਇੰਡੀਅਨ ਵੀਜ਼ਾ ਹਾਊਸ 'ਤੇ ਰਵਦੀਪ ਕੌਰ ਤੁਹਾਡੇ ਘਰ ਆਣ ਕੇ ਐਪਲੀਕੇਸ਼ਨ ਭਰਦੇ ਨੇ, ਔਰ ਪਾਸਪੋਰਟ ਇੰਡੀਆ ਦਾ ਰਿਨਿਊ ਕਰਾਉਣ ਵਾਲਾ ਨੰਬਰ ਹੈ 6447740-7740 'ਤੇ ਕਾਲ ਕਰ ਸਕਦੇ। ਬਿਲਕੁਲ, ਇਸ ਕਾਲਰ ਨੇ ਸਹੀ ਕਿਹਾ ਕਿ ਭਗਵੰਤ ਮਾਨ ਦਾ ਕਸੂਰ ਨਹੀਂ, ਠੀਕ ਹੈ, ਕਿ ਭਗਵੰਤ ਮਾਨ ਮੁੱਖ ਮੰਤਰੀ ਹੈ, ਉਹ ਕਦੇ ਨਹੀਂ ਮੁੱਖ ਮੰਤਰੀ ਚਾਹੂਗਾ ਕਿ ਜਦੋਂ ਮੈਂ ਮੁੱਖ ਮੰਤਰੀ ਹਾਂ ਤਾਂ ਮੇਰੇ ਇਸ ਕਾਰਜਕਾਲ ਦੇ ਵਿੱਚ ਇਹੋ ਜਿਹਾ ਹਾਂਜੀ ਕੋਈ ਕਿਸੇ ਦਾ ਮਾਂ ਦਾ ਪੁੱਤ ਚੱਲ ਜਾਵੇ, ਜੇ ਲੜਾਈਆਂ ਝਗੜੇ ਹੋਣ ਜਾਂ ਸ਼ਾਂਤੀ ਜਿਹੜੀ ਹੈ ਉਹ ਨਾ ਹੋਵੇ। ਹਾਂਜੀ, ਤੁਸੀਂ ਬਹੁਤ ਵਧੀਆ ਕਿਹਾ ਵੀ ਸ਼ਾਂਤੀ ਰੱਖੋ ਪੰਜਾਬ ਦੇ ਵਿੱਚ, ਚਲੋ ਆਪਾਂ ਜੀ ਸ਼ਾਂਤੀ ਪੰਜਾਬ ਔਰ ਇੱਕੋ ਮਿਹਰਬਾਨੀ ਕਾਲਰ, ਅਸੀਂ ਹੁਣ ਅੱਗੇ ਲੈ ਰਹੇ ਹਾਂ ਇਸ ਦੁੱਖ ਦੇ ਵਿੱਚ ਤੁਸੀਂ ਸਾਂਝ ਪਾਈ, ਧੰਨਵਾਦ। ਥੈਂਕ ਯੂ ਵੈਰੀ ਮਚ ਮਾਸੀ ਸਰ, ਥੈਂਕ ਯੂ ਵੈਰੀ ਮਚ, ਗੋਡ ਬਲੈਸ ਯੂ, ਗੋਡ ਗਿਵ ਯੂ ਅ ਲੌਂਗ ਐਂਡ ਹੈਲਦੀ ਐਂਡ ਵੈਲਦੀ ਲਾਈਫ, ਥੈਂਕ ਯੂ ਵੈਰੀ ਮਚ। ਹਾਂਜੀ, ਅਗਲੀ ਕਾਲ ਨੰਬਰ 4 ਕਾਲਰ ਪਲੀਜ਼। ਸਤਿ ਸ਼੍ਰੀ ਅਕਾਲ ਜੀ, ਮਾਸੀ ਸਰ ਮੈਂ ਬਹੁਤ ਬਹੁਤ ਮਾੜਾ ਹੋਇਆ ਜੀ, ਤੇ ਮੈਂ ਪਿੱਛੇ 20 ਸਾਲ ਹੋ ਗਏ ਮੈਨੂੰ ਕੰਮ ਕਰਦੇ। ਅੱਛਾ ਨਾ ਸਿੱਧੂ ਸਾਹਿਬ ਗੱਲ ਕਰ ਸਰ ਸਾਹਿਬ, ਇੱਕ ਮਿੰਟ ਸਰ, ਮੈਂ ਇੱਕ ਮਿੰਟ ਬ੍ਰੇਕ ਲਵਾਂਗੀ, ਤੁਸੀਂ ਹੈਂਡਲ ਕਰੋਗੇ ਕੁਛ ਕਾਲ ਪਲੀਜ਼। ਹਾਂਜੀ ਕੈਰੀ ਔਨ ਪਲੀਜ਼। ਹਾਂਜੀ, ਮੈਨੂੰ 20 ਸਾਲ ਹੋ ਗਏ ਜੀ ਇੱਥੇ ਕੈਨੇਡਾ ਦੇ ਵਿੱਚ ਕੰਮ ਕਰਦੇ ਨੂੰ ਜੀ, ਤੇ ਹੁਣ ਡੇਢ ਕੁ ਸਾਲ ਪਹਿਲਾਂ ਮੈਂ ਸੋਚਿਆ ਸੀਗਾ ਬਈ ਚਲੋ ਪੰਜਾਬ ਦੇ ਵਿੱਚ ਜਾਵਾਂਗੇ, ਉੱਥੇ ਆਪਣੇ ਖੇਤ ਦੇ ਵਿੱਚ ਸੋਹਣਾ ਜਿਹਾ ਇੱਕ ਕੋਠੀ ਘਰ ਵਧੀਆ ਜਿਹਾ ਬਣਾਵਾਂਗੇ, ਜਿਹੜੀ ਮਿਹਨਤ ਕਰੀ ਆ 20 ਸਾਲ ਉੱਥੇ ਜਾ ਕੇ ਰਹਾਂਗੇ ਪੰਜਾਬ ਦੇ ਵਿੱਚ।
जो मैं पहले दिन घर स्टार्ट किया जी कोठी पानी स्टार्ट की तो मैंने पिंड की यह गल कह लग गया कि भी बई तू जो कोठी का पा लग गया पर तू आपके को असला जरूर रखी क्योंकि कहते जिहड़ा भी बंदा बाहरों आता इतने जिहड़ा कोई बिजनेस चल जाता जिहड़ा कोई इतने आकर रहन लग जाता जिहड़ा कोई चार पैसे जिहदे कोल आ जांदे ने उन्हां नूं धमकियां मिलण लग जांदियां ने गैंगस्टर वल्लों मैं गल मजाक समझता सी जी भी नहीं मैं असला की लाना मैं कहड़ा कोई क्योंकि कद इदा हो कद आप फिल्मों के देखते जी 808 नंबर 3 नंबर होल्ड रखो जी तुम बिल्कुल इदा दिया इंस्ट्रक्शन होन अजकल पंजाब दे विच आउण लग जांदी हालांकि पूरा जिहड़ा इंटैलीजेंस दा जां सरकारां दा जोर लगदा लगातार बयान भी आउंदे आ कि शांति बनाई रखनी है आपां ते शांति बनाउण लई एफर्ट भी किए जाते हैं अपीलां भी कीतियां जांदियां ने पर पता नहीं क्यों किसी नूं भी किसी नाल नफरत है तो इदा किसी नूं मार देना यह तो कोई हल नहीं ना हुंदा हुण तो सिद्धू वीरे डर लगन लग गया भी यार जाके पंजाब दे विच रहना आपदा आपदा मुल्क सी जदों उत्थे जांदे सी रोण निकलदा सी यार पंजाब नूं छड्ड के बाहर चले गए हुण परमात्मा ने बाह फड़ी सी चलो रहण जोगे करता सी पंजाब दे पंजाब च रहि लांगे चार पैसे हैगे सी पर हुण तां बई डर लगन लग गया भी पंजाब दे विच रहांगे यार धमकियां मिलण लग गए जां किसी ने गोली मारती मैं तां आप क्योंकि चाहे कला हो चाहे दो हो मेरे माँ प्यो वो तो अन्ने हो जाते हैं जो माँ प्यो मेरे ने हम मैं जब चला जाता घर तो 4:30 बजे काम तो घरे जाता पांच भी बज जाने मैं 3-4 बार फोन आता भी तू कि रह गया राज भी ठीक है तू कदों घर आने का लेट कहते हो गया सो हूं तो बीजे डर लगन लगा मैंने लगता मैं गलत डिसीजन ले लिया भी जो पंजाब के रहने का सो परमात्मा भली करे जी गैंगस्टर जो पुरानी मूवी आती अमरीश पुरी होना दी गब्बर होना उदों सुन देते भी कोई गैंगस्टर की कोई चीज होंगी पर अपने सोने की चिड़ी च पंजाब के भी गैंगस्टर हो जाएंगे जी एक सुपने च भी सोचा नहीं जो कुछ होने लग गया बड़ा डर लगन लग गया बई जी हाँ जी बिल्कुल जी जिहड़ा डर लगन लग गया सारे अगली कॉल से जाने जी नंबर 2 लाइन ते हो जी हेलो हाँ जी बई सत श्रीकाल जी जी सत श्रीकाल बई जी भाई ये देखो एड्डी दुख की गल आ भी अपनी पंजाब पुलिस सुती नहीं पई है उन्होंने पता भी है भी जिन्हें गैंगस्टर यह करके कबूलनामा करते हैं बकायदा फेसबुक से पोस्ट पा देने जेल च बैठे बैठे बंदे मराई जाने तो अंदर उन्होंने मारते क्यों नहीं हो हूँ देखो मां प्यो का पुत का गया ही गया भाई ये पंजाब का एक उभरता हुआ 17-3 साल इन्हें वो काम करता जेडे 25-25 साल तो सिंगर कर नहीं सके सारा हॉलीवुड बॉलीवुड इन फॉलो करता से कला आप भगवंत मान भी दोष नहीं दे सकते क्योंकि वो हमने सरकार आई है पर पंजाब पुलिस का जोड़ा सिस्टम आ ये बिल्कुल भाई करप्ट आ जी भगवंत मान भगवंत मान ने बहुत एफर्ट लाया वैसे देखा जाए तो वक्ो वक्रिया टीम उन्हें हर एक जोड़ा अदारा होंगे ओदिया टीम ला दिखाई ने कि उन्होंने फड़िया जाए जोड़ा भगवंत मान को कहा जा रहा है ना वो पिछे तो मैं ये लगता कि जिते एक रिपोर्ट यह भी बहर आ रही है ना कि इंटैलीजेंस इनकी कि इनू खतरा है तो यदि सिक्योरिटी पिछे सरकार ने बिना दसे पुछे वधाई भी सी भगवंत मान शायद ता करके सू लगता कि कहा जा रहा क्योंकि हूँ उन्होंने सरकार है तो सिक्योरिटी घटाने क्योंकि भगवंत मान रूल करता ना उत्थे हुण डिसीजन मेकिंग उहदे कोले सो ये वजह हो सकती भगवंत मान नू जी अगली हो सकती है पर देखो पंजाब पुलिस नू भी ये चीज़ ते कोई वड्डा एक्शन लेना चाहिए मैं तो बासी साहब नू यही अपील करूंगा जी बिल्कुल अगली कॉल ते जाने जी नंबर 5 लाइन ते हो जी गुरभेज जी सत श्री अकाल अमनदीप सिंह बराड़ बोलदा जर्मा तो इतने लोग तो कही जाते भी सिद्धू मर गया बई वह जिंदा साढ़े दिलों च बिल्कुल जी दिलों के दिलों च जाऊँगा तो जाऊँगा ही रहूगा चाहन वालों के क्योंकि लखा नहीं करोड़ों की गिणती के पर मापियां तो वो पुत उन्होंने फिजिकली चाहिए सीगा कि ना कि उन्होंने ये गल उन्होंने खुशी जाऊँदे तो दिंदी सी कि साढ़े पुत किन्ने लोग जानते किन्ने लोग उसकी प्रशंसा करते हैं सिद्धू भाई जी यकीन नहीं करना रात का इन्ना मूड अपसेट होया कि मैं कोई बयान नहीं कर सकता एक गल तुम पूछने जिदा एक वर्ल्ड बराड मुंडा क्रिकेट में जिम्मेवारी लेंदा है ना तो उन्होंने पट के पट रख के चीरदे आ पिछों चलो आप कोई वायलेंस के हक च नहीं कि इदा का कुछ कहा जाए पर हाँ इना जरूर कह सकते हैं कि जी बनती कार्रवाई है कोई कितों भी बैठा जिम्मेवारी ले रहा कुछ भी कर रहा जी चलो आप गाल ना कढ़ीए मर्यादा बनाई रखिए नंबर 3 लाइन ते हो जी तुसी हाँ जी मैं ना इंडियन स्पेशल दे काम करता मैं थोनू सारा नूं इही गल दसना चाहुंदा भी पोलीटिकल जिहड़ी पोलीटिकल पार्टी नाल जदों तुसी जुड़ जांदे हो ना जदों हाँ जी जी ओ फिर
ਦੂਸਰੇ ਤਰੀਕੇ ਨਾਲ ਖਤਮ ਕਰ ਦਿੰਦੇ ਆ ਤੇ ਰਿਐਲਿਟੀ ਆ ਇਹਨੂੰ ਜਿੰਨਾ ਜਲਦੀ ਮੰਨ ਲਓ ਤਾਂ ਜ਼ਿਆਦਾ ਵਧੀਆ ਬਹੁਤ ਦੁੱਖ ਹੋਇਆ ਇਹ ਸੁਣ ਕੇ ਨੌਜਵਾਨ ਮੁੰਡਾ 28 ਸਾਲਾਂ ਦਾ ਮੁੰਡਾ ਇੰਨੀ ਛੋਟੀ ਉਮਰ 'ਚ ਤਰੱਕੀ ਕਰ ਗਿਆ ਸੀ ਚਲੋ ਪੋਲੀਟੀਕਲ ਪਾਰਟੀ 'ਚ ਜਾ ਕੇ ਉਹ ਕੁਛ ਚੰਗੇ ਕੰਮ ਕਰਨਾ ਚਾਹੁੰਦਾ ਸੀਗਾ ਜੀ ਬਿਲਕੁਲ ਜੀ ਇਸੇ ਲਈ ਉਹਨੇ ਐਮਐਲਏ ਦੇ ਜਿਹੜੇ ਇਲੈਕਸ਼ਨ ਵੀ ਲੜੇ ਨਾ ਮਿਲਿਆ ਵੱਖਰੀ ਗੱਲ ਹੈ ਹਰ ਜਾਣਾ ਵੱਖਰੀ ਗੱਲ ਆ ਪਰ ਜਿੱਥੇ ਉਹ ਜਿੱਤਿਆ ਸੀ ਆਪਣੀ ਕਲਾ ਦੇ ਵਿੱਚ ਉਹ ਇੱਕ ਵੱਖਰਾ ਪਲੇਟਫਾਰਮ ਸੀ ਜੀ ਹਾਂਜੀ ਇਹ ਇੱਕ ਪਾਰਟੀ ਦਾ ਕੰਮ ਨਹੀਂ ਹੁੰਦਾ ਇਹ ਸਾਰੀਆਂ ਪਾਰਟੀਆਂ ਦਾ ਹੁੰਦਾ ਆ ਇਹ ਜਦੋਂ ਪੋਲੀਟੀਕਲ ਦੇ ਵਿੱਚ ਬੰਦਾ ਪੈਰ ਪਾ ਜਦੋਂ ਤੱਕ ਚੱਲਦਾ ਪਿਆ ਸੀਗਾ ਸਿੰਗਿੰਗ ਚ ਸੀ ਉਦੋਂ ਬਹੁਤ ਵਧੀਆ ਸੀਗਾ ਉਦੋਂ ਕੋਈ ਪ੍ਰੋਬਲਮ ਨੀ ਸੀਗੀ ਜੀ ਠੀਕ ਹੈ ਸਾਰਾ ਕੁਛ ਵਧੀਆ ਚੱਲਦਾ ਸੀ ਕਦੇ ਲੜਾਈ ਨੀ ਕੀਤੀ ਬੰਦੇ ਨੇ ਕਦੇ ਕੁਛ ਨੀ ਕੀਤਾ ਪਰ ਜਦੋਂ ਪੈਰ ਪਾ ਲਿਆ ਇਹਦੇ ਵਿੱਚ ਪੋਲੀਟੀਕਲ ਦੇ ਵਿੱਚ ਪਾ ਲਿਆ ਪੋਲੀਟੀਕਲ ਵਾਲੇ ਜੀ ਬਿਲਕੁਲ ਕਾਫੀ ਸਾਰੀਆਂ ਕੈਸਟਾਂ ਜਿਹੜੀਆਂ ਲਾਈਆਂ ਜਾ ਰਹੀਆਂ ਨੇ ਵੱਖੋ ਵੱਖਰੇ ਰੀਜ਼ਨ ਦੱਸੇ ਜਾ ਰਹੇ ਨੇ ਕਿ ਵੱਖੋ ਵੱਖਰੇ ਰੀਜ਼ਨ ਹੋ ਸਕਦੇ ਆ ਸੋ ਮਿਹਰਬਾਨੀ ਕਾਲ ਕੀਤੀ ਤੁਸੀਂ ਅਗਲੀ ਕਾਲ ਤੇ ਜਾਂਦੇ ਆ ਜੀ ਨੰਬਰ 6 ਲਾਈਨ ਤੇ ਹੋ ਵੀ ਜੀ ਨੰਬਰ 6 ਕਾਲਰ 8573 ਲਾਈਨ ਤੇ ਹੋ ਜੀ ਅਗਲੀ ਕਾਲ ਤੇ ਜਾਂਦੇ ਜੀ 4 ਨੰਬਰ ਲਾਈਨ ਤੇ ਤੁਸੀਂ ਆਉਣੇ ਰਹੋ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਮੈਂ ਆਸਟ੍ਰੇਲੀਆ ਟਾਊਨਸਵਿਲ ਤੋਂ ਬੋਲ ਰਿਹਾ ਮੈਂ ਮੇਰਾ ਨਾਮ ਜੋਤੀ ਚਾਹਲਾ ਜੀ ਜੋਤੀ ਜੀ ਕੀ ਕਹਿਣਾ ਚਾਹੋਗੇ ਜੀ ਵੀਰ ਜੀ ਗੱਲ ਏਦਾਂ ਯਾਰ ਇੱਕ ਛੋਟਾ ਪੁੱਤ ਪਾਲ ਕੇ 28 ਸਾਲਾਂ ਦਾ ਕਰਨਾ ਜਿਹਨੇ ਛੋਟੀ ਉਮਰ ਦੇ ਵਿੱਚ ਵੱਡੀਆਂ ਬੁਲੰਦੀਆਂ ਕੀਤੀਆਂ ਹੋਣ ਉਹਨੂੰ ਯਾਰ ਏਦਾਂ ਕੀੜੇ ਮਕੌੜਿਆਂ ਦੀ ਤਰ੍ਹਾਂ ਵਿਚਾਰੇ ਨੂੰ ਹਨਾ ਏਦਾਂ ਕਰ ਦੇਣਾ ਤਾਂ ਯਾਰ ਬੜਾ ਦੁੱਖ ਹੋਇਆ ਬਾਈ ਜੀ ਕਿਲੋਮੀਟਰ ਤੋਂ ਸੋਹਣੇ ਮਿਊਜ਼ਿਕ ਚੱਲ ਰਿਹਾ ਸੀਗਾ ਵਧੀਆ ਕੰਮ ਚੱਲ ਰਿਹਾ ਸੀ ਸਾਨੂੰ ਕਿਸੇ ਮੇਰੇ ਭਰਾ ਦਾ ਫੋਨ ਆਇਆ ਮੈਨੂੰ ਜਾਣੀ ਕਿ ਮੇਰੇ ਫਰੈਂਡ ਦਾ ਉਹਦੇ ਸਾਹ 'ਚ ਸਾਹ ਨਹੀਂ ਲੱਗਦੇ ਸੀਗੇ ਕਹਿੰਦਾ ਆਹ ਗੱਲ ਹੋ ਗਈ ਤੈਨੂੰ ਪਤਾ ਮੈਂ ਕਿਹਾ ਨਹੀਂ ਮੈਂ ਤਾਂ ਗੱਡੀ ਚਲਾ ਰਿਹਾ ਰੱਖੜੀਆਂ ਪੋਸਟ ਕਰ ਦਿੱਤੀਆਂ ਜਾਂਦੀਆਂ ਸੀ ਤੇ ਉਹਦੇ ਜਨਮਦਿਨ ਵਾਲੇ ਦਿਨ ਪਤਾ ਹੀ ਨਹੀਂ ਕਿੰਨੇ ਕੇਕ ਪਹੁੰਚ ਜਾਂਦੇ ਸੀ ਉਹਦੇ ਘਰੇ ਇੰਨਾ ਪਿਆਰ ਇੰਨੀਆਂ ਦੁਆਵਾਂ ਮਿਲਣ ਦੇ ਬਾਵਜੂਦ ਵੀ ਕੁਝ ਚੰਦਰੀਆਂ ਨਿਗਾਹਾਂ ਜਿਹੜੀਆਂ ਖਾ ਗਈਆਂ ਜੀ ਮਾਪਿਆਂ ਦਾ ਪੁੱਤ ਚਾਹਣ ਵਾਲਿਆਂ ਦਾ ਇੱਕ ਕਲਾਕਾਰ ਉਹਨਾਂ ਤੋਂ ਉਹ ਯਾਰ ਕਿ ਗਾਣੇ ਗਾਉਂਦਾ ਸੀਗਾ ਉਹ ਦੂਰ ਹੋ ਗਿਆ ਬਿਲਕੁਲ ਜੀ ਇਹਦਾ ਕਸੂਰ ਸੀ ਵੱਖੋ ਵੱਖਰੇ ਲੋਕਾਂ ਦੇ ਅਸੀਂ ਵਿਚਾਰ ਲੈ ਰਹੇ ਹਾਂ ਜੀ ਬਿਲਕੁਲ ਜੀ ਬਿਲਕੁਲ ਅਗਲੀ ਕਾਲ ਤੇ ਜਾਂਦੇ ਹਾਂ ਜੀ ਹੁਣ ਨੰਬਰ 2 ਇੰਡੀਆ ਤੋਂ ਕਾਲ ਆ ਲਾਈਨ ਤੇ ਹੋ ਜੀ ਤੁਸੀਂ ਸਤਿ ਸ਼੍ਰੀ ਅਕਾਲ ਸਤਿ ਜੀ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਬਹੁਤ ਦੁੱਖ ਵਾਲੀ ਖਬਰ ਹੈ ਸਰ ਵੀਰ ਜੀ ਇਹ ਆਪਣੇ ਪੰਜਾਬ ਦਾ ਨਾ ਸਰ ਜੀ ਦੇਖੋ ਤਿੰਨੋ ਦਿਨ ਵੀਰ ਜੀ ਆਪਣਾ ਨਾ ਪੰਜਾਬ ਦਾ ਹਾਲਾਤ ਬਹੁਤ ਮਾੜੇ ਹੋ ਰਹੇ ਆ ਇਹ ਦੂਸਰੀਆਂ ਪਾਰਟੀਆਂ ਵਾਲੇ ਜਿਹੜੇ ਅੱਜ ਭਗਵੰਤ ਮਾਨ ਜੀ ਤੇ ਲਾ ਰਹੇ ਰੋਹ ਭਗਵੰਤ ਮਾਨ ਜੀ ਨੇ ਥੋੜੀ ਮਰਵਾਇਆ ਉਹਨੂੰ ਠੀਕ ਹੈ ਨਾ ਇਹ ਇੱਕ ਬਹੁਤ ਗਲਤ ਗੱਲ ਹੈ ਕਿ ਉਹਨਾਂ ਨੂੰ ਬਲੇਮ ਕਰਨਾ ਕਿ ਉਹਨਾਂ ਦੇ ਕਰਕੇ ਇਹ ਹੋ ਰਿਹਾ ਉਹਨਾਂ ਨੇ ਥੋੜੀ ਕੀਤਾ ਉਹ ਤਾਂ ਕੋਈ ਵੀ ਸੀ ਐਮ ਨਹੀਂ ਚਾਹੁੰਦਾ ਹੁੰਦਾ ਜਿੱਦਾਂ ਵਾਸੀ ਜੀ ਨੇ ਕਿਹਾ ਬਹੁਤ ਰਾਈਟ ਗੱਲ ਕਹੀ ਉਹਨਾਂ ਨੇ ਕਿ ਮਤਲਬ ਕੋਈ ਸੀ ਐਮ ਨਹੀਂ ਚਾਹੁੰਦਾ ਹੁੰਦਾ ਕਿ ਉਹਨਾਂ ਦੇ ਕਾਲ ਦੇ ਵਿੱਚ ਏਦਾਂ ਦਾ ਕੋਈ ਕੰਮ ਹੋਵੇ ਕਿ ਜਿਹਦੇ ਨਾਲ ਉਹਨਾਂ ਦੀ ਬਦਨਾਮੀ ਹੋਵੇ ਪਰ ਦਿਨੋ ਦਿਨ ਇਹ ਜਿਹੜੇ ਲੋਕ ਇਹਨਾਂ ਤੇ ਬਲੇਮ ਕਰਦੇ ਪਏ ਆ ਕੀ ਪਤਾ ਇਹੀ ਲੋਕ ਇਹ ਸਾਰਾ ਕੁਛ ਕਰਦੇ ਹੋਣ ਕਿ ਜਿਹੜਾ ਉਹ ਸਰਕਾਰ ਨੂੰ ਮਾੜਾ ਕਰਾਰ ਕਰਾਉਣਾ ਚਾਹੁੰਦੇ ਹੋਣ ਇਸ ਕਰਕੇ ਭਾਈ ਵੀਰ ਜੀ ਜਿਹੜੇ ਰੋਜ਼ ਰੋਜ਼ ਪੰਜਾਬ ਦੇ ਵਿੱਚ ਇੱਦਾਂ ਦਾ ਕੰਮ ਹੋ ਰਿਹਾ ਨਾ ਇਹ ਪੰਜਾਬ ਇੱਦਾਂ ਤੇ ਜਿੱਦਾਂ ਪੁਰਾਣੇ ਟਾਈਮ ਚ ਸੁਣੀਦਾ ਹੁੰਦਾ ਸੀਗਾ ਕਿ ਜਿੱਦਾਂ ਜਿੱਦਾਂ ਹਾਲਾਤ ਮਾੜੇ ਹੋ ਰਹੇ ਪੰਜਾਬ ਦੇ ਪੰਜਾਬ ਯੂਪੀ ਬਣ ਜਾਣਾ ਮਿਹਰਬਾਨੀ ਯੂਪੀ ਦਾ ਪੰਜਾਬ ਬਣ ਜਾਣਾ